मिश्री तो मिठी बोली भुला दिया मैं कावाली केरा जे विसरी चेत्यों फिर नाए थ्योनी पाली सावलो स्याने बन के करके तुस ज्ञान वे सदिया तक याद रहने जो माँ बोली दे मान वे सदिया तक याद रहने वे सत श्री अकाल जी टीवी पंजाबली मैं दवी दविंदर कौर असी हर हफ्ते ਤੁਹਾਨੂੰ ਇੱਕ ਕਿਸੇ ਇਹੋ ਜਿਹੀ ਹਸਤੀ ਨਾਲ ਸ਼ਖਸੀਅਤ ਨਾਲ ਮਿਲਾਉਂਦੇ ਹਾਂ ਜੋ ਪੰਜਾਬੀ ਲਈ ਕੰਮ ਕਰ ਰਹੇ ਨੇ ਮਾਂ ਬੋਲੀ ਲਈ ਕੰਮ ਕਰ ਰਹੇ ਨੇ ਇਹ ਪ੍ਰੋਗਰਾਮ ਹੈ ਸਾਡਾ ਮਾਂ ਬੋਲੀ ਦੇ ਮਾਣ ਸੋ ਅੱਜ ਸਾਡੇ ਮਾਂ ਬੋਲੀ ਦੇ ਮਾਣ ਨੇ ਪਾਕਿਸਤਾਨ ਲਾਇਲਪੁਰ ਤੋਂ ਡਾਕਟਰ ਹੋਲਾ ਚੀਮਾ ਜੋ ਲਾਇਲਪੁਰ ਯੰਗ ਹਿਸਟੋਰੀਅਨਸ ਕਲੱਬ ਚਲਾ ਰਹੇ ਨੇ ਡਾਕਟਰ ਹੋਲਾ ਚੀਮਾ ਅਤੇ ਉਹਨਾਂ ਦੇ ਪਤੀ ਡਾਕਟਰ ਤੌਹੀਦ ਚੱਠਾ ਦੋਵੇਂ ਰਲ ਕੇ ਇਹ ਬਹੁਤ ਵੱਡਾ ਕਾਰਜ ਕਰ ਰਹੇ ਨੇ ਅਤੇ ਦਿਲਚਸਪ ਗੱਲ ਇਹ ਹੈ ਕਿ ਉਹ ਇਹ ਸਾਰਾ ਪ੍ਰੋਗਰਾਮ ਜਾਂ ਇਤਿਹਾਸਕਾਰੀ ਦਾ ਉਹ ਕਾਰਜ ਕਰ ਰਹੇ ਨੇ ਤਾਰੀਖਕਾਰੀ ਦਾ ਅਤੇ ਇਹ ਇਤਿਹਾਸਕਾਰੀ ਉਹ ਪੰਜਾਬੀ ਵਿੱਚ ਕਰ ਰਹੇ ਨੇ ਹਰ ਵਾਰ ਕੋਈ ਨਾ ਕੋਈ ਨੌਜਵਾਨ ਹਿਸਟੋਰੀਅਨ ਇਸ ਪ੍ਰੋਗਰਾਮ ਵਿੱਚ ਪਰਚਾ ਪੜ੍ਹਦਾ ਹੈ ਸੋ ਲਾਇਲਪੁਰ ਯੰਗ ਹਿਸਟੋਰੀਅਨਸ ਕਲੱਬ ਆਪਣੇ ਆਪ 'ਚ ਬਹੁਤ ਵੱਡਾ ਕਾਰਜ ਕਰ ਰਿਹਾ ਹੈ ਅਤੇ ਆਪਾਂ ਗੱਲਬਾਤ ਕਰਦੇ ਹਾਂ ਡਾਕਟਰ ਹੋਲਾ ਚੀਮਾ ਹੋਰਾਂ ਨਾਲ ਡਾਕਟਰ ਹੋਲਾ ਚੀਮਾ ਜੀ ਟੀਵੀ ਪੰਜਾਬ ਤੇ ਤੁਹਾਡਾ ਸਵਾਗਤ ਹੈ ਸਤਿ ਸ਼੍ਰੀ ਅਕਾਲ ਆਦਾਬ ਖੁਸ਼ ਆਮਦੀਦ ਜੀ ਆਇਆਂ ਨੂੰ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਹੈ ਡਾਕਟਰ ਹੋਲਾ ਚੀਮਾ ਜੀ ਤੁਸੀਂ ਲਾਇਲਪੁਰ ਯੰਗ ਹਿਸਟੋਰੀਅਨਸ ਕਲੱਬ ਦੇ ਕਰਤਾ ਧਰਤਾ ਹੋ ਤੁਸੀਂ ਅਤੇ ਤੁਹਾਡੇ ਪਤੀ ਡਾਕਟਰ ਤੌਹੀਦ ਚੱਠਾ ਤੇ ਤੁਸੀਂ ਪੰਜਾਬੀ ਵਿੱਚ ਹੀ ਇਹ ਕਿਉਂਕਿ ਤਾਰੀਖਕਾਰੀ ਕਰ ਰਹੇ ਹੋ ਇਤਿਹਾਸਕਾਰੀ ਕਰ ਰਹੇ ਹੋ ਤੇ ਇਸ ਤਰ੍ਹਾਂ ਇਤਿਹਾਸਕਾਰੀ ਦੇ ਨਾਲ ਨਾਲ ਆਮ ਲੋਕਾਂ ਦਾ ਇਤਿਹਾਸ ਸਾਂਭਣ ਦੇ ਨਾਲ ਨਾਲ ਤੁਸੀਂ ਇੱਕ ਬਹੁਤ ਵਡੇਰਾ ਕਾਰਜ ਕਰ ਰਹੇ ਹੋ ਕਿ ਜਿਨ੍ਹਾਂ ਲੋਕਾਂ ਦੇ ਇਤਿਹਾਸ ਦੀ ਤੁਸੀਂ ਗੱਲ ਕਰ ਰਹੇ ਹੋ ਉਹ ਉਹਨਾਂ ਦੀ ਜ਼ੁਬਾਨ ਵਿੱਚ ਹੀ ਕਰ ਰਹੇ ਹੋ ਪੰਜਾਬੀ ਜ਼ੁਬਾਨ ਵਿੱਚ ਮੇਰਾ ਖਿਆਲ ਹੈ ਸਾਡੇ ਪੰਜਾਬ ਵਾਲੇ ਪਾਸਿਓਂ ਚੜ੍ਹਦੇ ਪੰਜਾਬ ਵਾਲੇ ਪਾਸਿਓਂ ਜਤਿੰਦਰ ਮੋਹਰ ਜੋ ਫਿਲਮ ਸਾਜ਼ ਨੇ ਤੇ ਲੇਖਕ ਨੇ ਕਾਲਮ ਨਵੀਸ ਨੇ ਤੇ ਉਹਨਾਂ ਨੇ ਵੀ ਪਰਚਾ ਪੜਿਆ ਹੋਇਆ ਤੇ ਹੋਰ ਬਹੁਤ ਸਾਰੇ ਪੰਜਾਬੀ ਚੜ੍ਹਦੇ ਪੰਜਾਬ ਦੇ ਪੰਜਾਬੀਆਂ ਨੇ ਪਰਚੇ ਪੜੇ ਨੇ ਤੇ ਇਸ ਦੇ ਨਾਲ ਹੀ ਤੁਸੀਂ ਚੜ੍ਹਦੇ ਲੈਂਦੇ ਪੰਜਾਬ ਦੇ ਨਾਲ ਨਾਲ ਤੁਸੀਂ ਪੰਜਾਬੀ ਡਾਇਸਪੋਰਾ ਜੋ ਦੁਨੀਆਂ ਭਰ ਦੇ ਵੱਖ ਵੱਖ ਮੁਲਕਾਂ ਵਿੱਚ ਵੱਸੇ ਹੋਏ ਨੇ ਪੰਜਾਬੀ ਉਹਨਾਂ ਨੂੰ ਵੀ ਆਪਣੇ ਕਲਾਵੇ ਵਿੱਚ ਲਿਆ ਤੁਸੀਂ ਇਹ ਇਸ ਤੋਂ ਇਲਾਵਾ ਹੋਰ ਪੰਜਾਬੀ ਲਈ ਕੀ ਕਰ ਰਹੇ ਹੋ ਥੋੜਾ ਜਿਹਾ ਆਪਣੇ ਕਲੱਬ ਬਾਰੇ ਵੀ ਥੋੜਾ ਜਿਹਾ ਵਿਸਥਾਰ ਚ ਦੱਸੋ ਹਾਂਜੀ ਅਸੀਂ ਜਿਹੜਾ ਲਾਇਲਪੁਰ ਯੰਗ ਹਿਸਟੋਰੀਅਨਸ ਕਲੱਬ ਦੇ ਇਹਦੇ ਰਾਹੀਂ ਸਾਡੇ ਇੱਥੇ ਬਹੁਤ ਸਾਰੇ ਲੋਕਾਂ ਨੇ ਜਿਹਦੇ ਵਿੱਚ ਪੰਜਾਬ ਦੋਵਾਂ ਪੰਜਾਬਾਂ ਦੇ ਲੋਕ ਸ਼ਾਮਲ ਨੇ ਡਾਇਸਪੋਰਾ ਜਿਹਨੂੰ ਅਸੀਂ ਥਰਡ ਪੰਜਾਬ ਕਹਿੰਦੇ ਉਹ ਸ਼ਾਮਲ ਨੇ ਉਹਨਾਂ ਸਭ ਲੋਕਾਂ ਨੇ ਇੱਥੇ ਆ ਕੇ ਆਪਣੀ ਰਿਸਰਚ ਜਿਹੜੀ ਸਾਡੇ ਨਾਲ ਸਾਂਝੀ ਕੀਤੀ ਜੀ ਬਿਲਕੁਲ ਪੰਜਾਬੀ ਜ਼ੁਬਾਨ ਕੀਤੀ ਇਹਦੇ ਵੱਡੇ ਵੱਡੇ ਨਾਮ ਹੀ ਨੇ ਬਹੁਤ ਸਾਰੇ ਨਿਊਜ਼ ਸਕਾਲਰ ਵੀ ਨੇ ਜਿਹੜੇ ਪਹਿਲੀ ਦਫਾ ਕਿਸੇ ਫੋਰਮ ਤੇ ਆ ਕੇ ਜਿਨ੍ਹਾਂ ਨੇ ਪੰਜਾਬੀ ਵਿੱਚ ਪ੍ਰੈਜੈਂਟ ਕੀਤਾ ਈਵਨ ਬਹੁਤ ਸਾਰੇ ਐਸੇ ਲੋਕ ਨੇ ਜਿਹੜੇ ਬਹੁਤ ਵੱਡੇ ਨਾਂ ਨੇ ਜਿਵੇਂ ਮੈਰੀਦੋਲਾ ਮੁਖਰਜੀ ਹੋ ਗਏ ਪ੍ਰੋਫੈਸਰ ਹੋਰੀ ਤੇ ਪ੍ਰੋਫੈਸਰ ਪ੍ਰੀਤਮ ਸਿੰਘ ਹੋ ਗਏ ਇਸ ਤਰ੍ਹਾਂ ਬਹੁਤ ਸਾਰੇ ਨਾਂ ਨੇ ਜਿਨ੍ਹਾਂ ਨੇ ਪਹਿਲੀ ਦਫਾ ਪੰਜਾਬੀ ਦੇ ਵਿੱਚ ਸਾਡੇ ਇੱਥੇ ਆ ਕੇ ਪ੍ਰੈਜੈਂਟ ਕੀਤਾ ਤੇ ਉਹਨਾਂ ਨੇ ਦੱਸਿਆ ਕਿ ਅਸੀਂ ਸਾਨੂੰ ਪਹਿਲੀ ਦਫਾ ਕੋਈ ਐਸਾ ਫੋਰਮ ਮਿਲਿਆ ਜਿੱਥੇ ਅਸੀਂ ਆਪਣੀ ਰਿਸਰਚ ਜਿਹੜੀ ਹੈ ਉਹ ਪੰਜਾਬੀ ਦੇ ਵਿੱਚ ਸਾਂਝੀ ਕੀਤੀ ਹੈ ਤੇ ਇਸ ਦੇ ਨਾਲ ਨਾਲ ਅਸੀਂ ਹੋਰ ਵੀ ਜਿਹੜੇ ਕੰਮ ਕਰਵਾ ਰਹੇ ਹਾਂ ਲਾਇਲਪੁਰ ਦੇ ਵਿੱਚ ਅਸੀਂ ਇੱਥੇ ਲਾਇਲਪੁਰ ਪੰਜਾਬੀ ਸੁਲੇਖ ਮੇਲਾ ਕਰਵਾਉਂਦੇ ਹਾਂ ਹਰ ਸਾਲ ਫਰਵਰੀ ਦੇ ਵਿੱਚ ਤੇ ਇਹ ਮੇਲਾ ਜਿਹੜਾ ਵੀ ਇਹ ਦੁਨੀਆ ਪੂਰਾ ਜਿਹੜਾ ਵਰਲਡ ਦੇ ਵਿੱਚ ਪਹਿਲਾ ਇੰਟਰਨੈਸ਼ਨਲ ਪੰਜਾਬੀ ਦਾ ਫੈਸਟੀਵਲ ਜਿਹੜਾ ਸੀ ਉਹ ਸਟਾਰਟ ਹੋਇਆ ਸੀ ਤੇ ਇਹਨੂੰ ਸਾਨੂੰ ਕਰਵਾਉਂਦਿਆਂ ਹੋਇਆ 6 ਸਾਲ ਹੋ ਗਏ ਨੇ ਇਸ ਦਫਾ ਫਰਵਰੀ ਦੇ ਵਿੱਚ 7ਵਾਂ ਮੇਲਾ ਜਿਹੜਾ ਵੇ ਉਹ ਲਿਟਰੇਰੀ ਫੈਸਟੀਵਲ ਅਸੀਂ ਕਰਵਾਵਾਂਗੇ ਤੇ ਲਾਇਲਪੁਰ ਯੰਗ ਹਿਸਟੋਰੀਅਨ ਕਲੱਬ ਦੇ ਅੰਡਰ ਅਸੀਂ ਹਿਸਟਰੀ ਲੈਕਚਰ ਸੀਰੀਜ਼ ਕਰਵਾਉਂਦੇ ਹਾਂ ਜਿਹਦੇ ਵਿੱਚ ਪੰਜਾਬ ਦੀ ਤਾਰੀਖ ਤੋਂ ਦੇ ਹਵਾਲੇ ਨਾਲ ਲੋਕ ਗੱਲਬਾਤ ਆਪਣੀ ਸਾਂਝੀ ਕਰਦੇ ਨੇ ਇਸ ਦੇ ਨਾਲ ਨਾਲ ਅਸੀਂ ਦੋ ਹੋਰ ਸੀਰੀਜ਼ ਚਲਾ ਰਹੇ ਹਾਂ ਜਿਹਦੇ ਵਿੱਚ ਇੱਕ ਸਿਟੀ ਐਜ਼ ਇਟ ਵਾਸ ਜੀ ਬਿਲਕੁਲ ਜਿਹਦੇ ਵਿੱਚ ਸ਼ਹਿਰਾਂ ਦੀ ਤਾਰੀਖ ਪੰਜਾਬ ਦੇ ਸ਼ਹਿਰਾਂ ਦੀ ਤਾਰੀਖ ਦੇ ਉੱਤੇ ਗੱਲ ਕੀਤੀ ਜਾਂਦੀ ਹੈ ਇਹਦੇ ਵਿੱਚ ਨਾ ਸਿਰਫ ਲਹਿੰਦੇ ਤੇ ਚੜ੍ਹਦੇ ਪੰਜਾਬ ਦੇ ਸ਼ਹਿਰਾਂ ਦੀ ਤਾਰੀਖ ਕੱਟੀ ਜਾ ਰਹੀ ਹੈ ਬਲਕਿ ਨਾਲ ਦੇ ਨਾਲ ਡਾਇਸਪੋਰਾ ਦੇ ਵਿੱਚ ਜਿੱਥੇ ਪੰਜਾਬੀ ਵਸਦੇ ਨੇ ਉੱਥੇ ਦੀ ਵੀ ਜਿਹੜੀ ਤਾਰੀਖ ਹੈ ਉਹਨੂੰ ਉਹਦੇ ਤੇ ਗੱਲ ਕਰਨੇ ਆ ਜਿਵੇਂ ਅਸਾਂ ਲੰਡਨ ਦੀ ਜਿਹੜੀ ਤਾਰੀਖ ਹਿਸਟਰੀ ਹੈ ਉੱਥੇ ਜਿਹੜੇ ਪੰਜਾਬੀ ਵਸੇ ਨੇ ਉਹਨਾਂ ਦੇ ਹਵਾਲੇ ਨਾਲ ਰਵੀ ਸਿੰਘ ਹੋਰਾਂ ਦੇ ਨਾਲ ਲੈਕਚਰ ਕੀਤਾ ਸੀ ਇਸ ਦੇ ਇਲਾਵਾ ਓਮਾਨ ਦੇ ਵਿੱਚ ਜਿਹੜੀ ਪੰਜਾਬੀ ਕਮਿਊਨਿਟੀ ਵਸਦੀ ਹੈ ਉਹਦੇ ਉੱਤੇ ਇੱਕ ਲੈਕਚਰ ਹੋਇਆ ਸੀ ਤੇ ਇਹ ਤੀਸਰੀ ਜਿਹੜੀ ਸੀਰੀਜ਼ ਚੱਲ ਰਹੀ ਹੈ ਸਾਡੀ ਇੱਥੇ ਉਹ ਕਿਤਾਬਾਂ ਦੇ ਹਵਾਲੇ ਨਾਲ ਹੈ ਜਿਹੜੀਆਂ ਕਿਤਾਬਾਂ ਲਿਖੀਆਂ ਜਾਂਦੀਆਂ ਨੇ ਪੰਜਾਬ ਦੀ ਹਿਸਟਰੀ ਦੇ ਉੱਤੇ
ਉਹਦੇ ਉੱਤੇ ਅਸੀਂ ਸੈਸ਼ਨ ਕਰਵਾਉਂਦੇ ਹਾਂ ਅਤੇ ਉਸ ਸੈਸ਼ਨ ਦੀ ਮਜ਼ੇਦਾਰ ਗੱਲ ਇਹ ਹੁੰਦੀ ਹੈ ਕਿ ਉਹ ਸੈਸ਼ਨ ਲੈਂਦੇ ਅਤੇ ਚੜ੍ਹਦੇ ਅਤੇ ਡਾਇਸਪੋਰਾ ਤਿੰਨਾਂ ਪੰਜਾਬਾਂ ਵਿੱਚੋਂ ਅਸੀਂ ਇੱਕ ਇੱਕ ਰਿਵਿਊਅਰ ਲੈਂਦੇ ਹਾਂ ਜਿਹੜਾ ਉਸ ਕਿਤਾਬ ਦੇ ਉੱਤੇ ਗੱਲ ਕਰਦਾ ਹੈ ਅਤੇ ਫਿਰ ਨਾਲ ਦੇ ਨਾਲ ਜਿਹੜਾ ਲਿਖਾਰੀ ਹੈ ਉਸ ਕਿਤਾਬ ਦਾ ਲਿਖਣ ਵਾਲਾ ਵੇ ਉਹ ਵੀ ਉਸ ਕਿਤਾਬ ਦੇ ਉੱਤੇ ਗੱਲ ਕਰਦਾ ਹੈ। ਸੋ ਇਹ ਤਿੰਨ ਸੀਰੀਜ਼ ਜਿਹੜੀਆਂ ਨੇ ਚੱਲ ਰਹੀਆਂ ਨੇ ਤੇ ਹੁਣ ਅਸਾਂ ਰੀਸੈਂਟਲੀ ਚੌਥਾ ਇੱਕ ਕੰਮ ਸ਼ੁਰੂ ਕੀਤਾ ਸੀ ਜਿਹਦੇ ਵਿੱਚ ਨਵੇਂ ਸਕਾਲਰ ਜਿਹੜੇ ਜਿਨ੍ਹਾਂ ਨੇ ਪੰਜਾਬ ਦੇ ਉੱਤੇ ਕੰਮ ਕੀਤਾ ਹੈ ਸਟੂਡੈਂਟਸ ਜਿਹੜੇ ਨੇ ਖਾਸ ਤੌਰ ਤੇ ਅਸੀਂ ਉਹਨਾਂ ਨੂੰ ਕਿਹਾ ਸੀ ਕਿ ਉਹ ਆਪਣੀ ਰਿਸਰਚ ਆ ਕੇ ਸਾਂਝੀ ਕਰਨ ਤੇ ਜਿਨ੍ਹਾਂ ਦੇ ਵਿੱਚ ਪ੍ਰਿਯੰਕਾ ਹੋਰੀ ਜਿਹੜੇ ਨੇ ਉਹਨਾਂ ਨੇ ਆ ਕੇ ਆਪਣੀ ਪਾਰਟੀਸ਼ਨ ਦੇ ਹਵਾਲੇ ਨਾਲ ਜਿਹੜੀ ਰਿਸਰਚ ਦੀ ਖੋਜ ਸੀ ਉਹ ਸਾਡੇ ਨਾਲ ਸਾਂਝੀ ਕੀਤੀ ਸੀ ਤੇ ਇਸ ਤਰ੍ਹਾਂ ਇਹ ਤਿੰਨੇ ਚਾਰੇ ਚੀਜ਼ਾਂ ਜਿਹੜੀਆਂ ਨੇ ਉਹ ਇਕੱਠੀਆਂ ਚੱਲ ਪਈਆਂ ਕਿਉਂਕਿ ਇਸ ਕਲੱਬ ਦਾ ਜਿਹੜਾ ਮਕਸਦ ਸੀ ਉਹਦੇ ਵਿੱਚ ਇੱਕ ਮੇਨ ਪਰਪਸ ਜਿਹੜਾ ਸੀ ਉਹ ਇਹ ਸੀ ਕਿ ਤਾਰੀਖ ਜਿਹੜੀ ਹੈ ਉਹ ਆਪਣੀ ਜ਼ੁਬਾਨ ਦੇ ਵਿੱਚ ਲੋਕਾਂ ਤੱਕ ਅਪਣਾਈ ਜਾਏ ਤਾਂ ਕਿ ਲੋਕ ਜਿਹੜੇ ਆਪਣੀ ਤਾਰੀਖ ਨੂੰ ਸਿਰਫ ਇਸ ਵਜੂ ਕਰਕੇ ਸਮਝਣ ਨਹੀਂ ਸਮਝ ਪਾਉਂਦੇ ਕਿ ਉਹ ਉਹਨਾਂ ਦੀ ਆਪਣੀ ਜ਼ੁਬਾਨ ਦੇ ਵਿੱਚ ਨਹੀਂ ਹੈ ਤੇ ਉਹ ਆਪਣੀ ਤਾਰੀਖ ਨੂੰ ਸਮਝ ਸਕਣ ਉਹਦੇ ਨਾਲ ਜੋੜ ਸਕਣ ਤੇ ਇਸ ਕਰਕੇ ਅਸੀਂ ਇਹਨੂੰ ਪੰਜਾਬੀ ਦੇ ਵਿੱਚ ਕੀਤਾ। ਸਾਡੇ ਕੋਲ ਬਹੁਤ ਸਾਰੇ ਐਸੇ ਸਕਾਲਰਸ ਦੇ ਨਾਲ ਰਾਬਤਾ ਕੀਤਾ ਜਿਹੜੇ ਜਿਨ੍ਹਾਂ ਦਾ ਪੰਜਾਬ ਤੇ ਕੰਮ ਸੀ ਲੇਕਿਨ ਉਹਨਾਂ ਨੇ ਕਿਹਾ ਕਿ ਅਸੀਂ ਪੰਜਾਬੀ ਵਿੱਚ ਨਹੀਂ ਕਰ ਸਕਦੇ, ਅਸੀਂ ਅੰਗਰੇਜ਼ੀ ਵਿੱਚ, ਤੁਸੀਂ ਕਹੋਗੇ ਤੇ ਅਸੀਂ ਤੁਹਾਡੇ ਕਲੱਬ 'ਤੇ ਆਉਣਾ ਚਾਹੁੰਦੇ ਹਾਂ ਪਰ ਅਸੀਂ ਅੰਗਰੇਜ਼ੀ ਵਿੱਚ ਕਰਾਂਗੇ ਤੇ ਅਸੀਂ ਸਾਨੂੰ ਉਹਨਾਂ ਕੋਲ ਮਾਜ਼ਰਤ ਕਰਨੀ ਪਈ ਕਿਉਂਕਿ ਸਾਡਾ ਜਿਹੜਾ ਮੇਨ ਮਕਸਦ ਹੈ ਉਹ ਇਹ ਵੇ ਕਿ ਪੰਜਾਬੀ ਜ਼ੁਬਾਨ ਦੇ ਵਿੱਚ ਜਿਹੜਾ ਵੇ ਤਾਰੀਖ ਨੂੰ ਇਕੱਠਾ ਕੀਤਾ ਜਾਵੇ ਤੇ ਇਸ ਵਾਸਤੇ ਅਸੀਂ ਇਹਦੇ ਵਿੱਚ ਪੰਜਾਬੀ ਦੇ ਇਲਾਵਾ ਕਿਸੇ ਜ਼ੁਬਾਨ ਦੇ ਵਿੱਚ ਇਹਨੂੰ ਨਹੀਂ ਲੈ ਕੇ ਆਉਂਦੇ ਬਲਕਿ ਬਹੁਤ ਸਾਰੇ ਸਾਨੂੰ ਐਸੇ ਲੋਕ ਦੋਸਤ ਮਿਲਦੇ ਨੇ ਬਾਹਰੋਂ ਵੀ ਫੋਨ ਆਉਂਦੇ ਨੇ ਕੈਨੇਡਾ ਤੋਂ ਜਾਂ ਡਾਇਸਪੋਰਾ ਦੇ ਜਿਹੜੇ ਪੰਜਾਬੀ ਨੇ ਉਹਨਾਂ ਦੇ ਵੀ ਤੇ ਉਹ ਕਹਿੰਦੇ ਨੇ ਕਿ ਸਾਨੂੰ ਪਹਿਲੀ ਦਫ਼ਾ ਇੰਨੀ ਅਪਣਾਈਅਤ ਇਸ ਕਲੱਬ ਵੱਲੋਂ ਇਸ ਤੋਂ ਮਿਲੀ ਹੈ ਕਿ ਅਸੀਂ ਇਹਨੂੰ ਪੰਜਾਬੀ ਦੇ ਵਿੱਚ ਤਾਰੀਖ ਸਾਡੀ ਦੱਸੀ ਜਾਂਦੀ ਹੈ ਤੇ ਸਾਨੂੰ ਉਹਦੀ ਸਮਝ ਆਉਂਦੀ ਹੈ। ਬਾਕੀ ਜ਼ੁਬਾਨ ਦੇ ਵਿੱਚ ਜਦੋਂ ਅੰਗਰੇਜ਼ੀ ਵਿੱਚ ਦੱਸੀ ਜਾਂਦੀ ਤੇ ਬਹੁਤ ਸਾਰੀਆਂ ਹਰਡਲਸ ਆ ਜਾਂਦੀਆਂ ਨੇ, ਅਸੀਂ ਨਹੀਂ ਸਮਝ ਪਾਉਂਦੇ ਜਾਂ ਅਸੀਂ ਉਸ ਤਰ੍ਹਾਂ ਉਹਨੂੰ ਨਹੀਂ ਕਰ ਪਾਉਂਦੇ। ਸੋ ਜਦੋਂ ਆਪਣੀ ਜ਼ੁਬਾਨ ਦੇ ਵਿੱਚ ਦੱਸੀ ਗਈ ਸਾਨੂੰ ਤੇ ਨਾ ਸਿਰਫ ਸਾਨੂੰ ਸਮਝ ਆਈ ਬਲਕਿ ਸਾਡੀ ਜੁੜਤ ਹੋਈ, ਸਾਡਾ ਉਹਦੇ ਵੱਲ ਧਿਆਨ ਜ਼ਿਆਦਾ ਹੋਇਆ, ਸਾਡੇ ਬੱਚਿਆਂ ਦਾ ਇੰਟਰਸਟ ਜਿਹੜਾ ਡਿਵੈਲਪ ਹੋਇਆ। ਇੰਗਲੈਂਡ ਤੋਂ ਸਾਡੇ ਇੱਕ ਦੋਸਤ ਨੇ ਤੇ ਉਹਨਾਂ ਨੇ ਕਿਹਾ ਕਿ ਪਹਿਲੀ ਦਫ਼ਾ ਤੁਹਾਡੇ ਕਲੱਬ ਦੀ ਵਜ੍ਹਾ ਤੋਂ ਮੇਰੇ ਬੱਚੇ ਜਿਹੜੇ ਨੇ ਉਹਨਾਂ ਨੇ ਪੰਜਾਬੀ ਜ਼ੁਬਾਨ ਦੇ ਵਿੱਚ ਕੋਈ ਪ੍ਰੋਗਰਾਮਸ ਜਾਂ ਕੋਈ ਲੈਕਚਰਸ ਦੇਖਣੇ ਸ਼ੁਰੂ ਕੀਤੇ। ਅਦਰਵਾਈਜ਼ ਪਹਿਲੇ ਉਹ ਇਸ ਤੋਂ ਪਹਿਲੇ ਜਦੋਂ ਵੀ ਕੋਈ ਇਸ ਤਰ੍ਹਾਂ ਦੀ ਗੱਲ ਹੁੰਦੀ ਸੀ ਤੇ ਉਹ ਇਹਨੂੰ ਏਡਾ ਬੋਧਰ ਨਹੀਂ ਸਨ ਕਰਦੇ ਪੰਜਾਬੀ ਜ਼ੁਬਾਨ ਨੂੰ, ਲੇਕਿਨ ਹੁਣ ਉਹਨਾਂ ਦਾ ਇੰਟਰਸਟ ਜਿਹੜਾ ਇਹਦੇ ਵਿੱਚ ਡਿਵੈਲਪ ਹੋਣਾ ਸ਼ੁਰੂ ਹੋਇਆ। ਹਾਂਜੀ 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 ਹੋਲਾ, ਇਹ ਤਾਂ ਬਹੁਤ ਸ਼ੁਭ ਸ਼ਗਨ ਹੈ ਤੇ ਤੁਸੀਂ ਜਿਹੜਾ ਕਾਰਜ ਕਰ ਰਹੇ ਹੋ ਇਤਿਹਾਸਕਾਰੀ ਦਾ, ਤਾਰੀਖਕਾਰੀ ਦਾ, ਖਾਸ ਕਰਕੇ ਹਾਸ਼ੀਏ ਤੇ ਧੱਕੇ ਗਏ ਲੋਕਾਂ ਦਾ ਜਿਨ੍ਹਾਂ ਦਾ ਕੋਈ ਵੀ ਇਤਿਹਾਸ ਨਹੀਂ ਰਚਦਾ, ਕਿਉਂਕਿ ਬਾਦਸ਼ਾਹਾਂ ਜੇਤੂਆਂ ਦਾ ਇਤਿਹਾਸ ਤਾਂ ਸਾਰੇ ਲਿਖ ਲੈਂਦੇ ਨੇ, ਜਿਹੜੇ ਵੱਡੇ ਅਹੁਦਿਆਂ ਤੇ ਨੇ, ਰੁਤਬਿਆਂ ਤੇ ਨੇ, ਜੋ ਰਸੂਖਵਾਨ ਨੇ, ਉਹਨਾਂ ਦਾ ਇਤਿਹਾਸ ਤਾਂ ਸਾਰੇ ਸਾਂਭ ਲੈਂਦੇ ਨੇ ਤੇ ਤੁਸੀਂ ਉਸ ਇਤਿਹਾਸ ਤੇ ਕੰਮ ਕਰ ਰਹੇ ਹੋ ਜੋ ਆਮ ਤੌਰ ਤੇ ਕਿਤਾਬਾਂ ਵਿੱਚ ਨਹੀਂ ਮਿਲਦਾ, ਯਾਨੀ ਕਿ ਆਮ ਲੋਕਾਂ ਦਾ, ਸਧਾਰਨ ਲੋਕਾਂ ਦਾ ਇਤਿਹਾਸ। ਹੋਲਾ, ਮੇਰਾ ਸਵਾਲ ਇਹ ਹੈ ਕਿ ਤੁਹਾਨੂੰ ਇਹ ਕਾਰਜ ਕਰਨ ਦਾ ਫੁਰਨਾ ਕਿੱਥੋਂ ਫੁਰਿਆ, ਇਤਿਹਾਸਕਾਰੀ ਦਾ, ਤਾਰੀਖ ਦਾ, ਤਾਰੀਖ ਨੂੰ ਸਾਂਭਣ ਦਾ, ਤੇ ਉਹ ਵੀ ਪੰਜਾਬੀ ਜ਼ੁਬਾਨ ਵਿੱਚ, ਇਹ ਫੁਰਨਾ ਤੁਹਾਨੂੰ ਕਿਸ ਤਰ੍ਹਾਂ ਆਇਆ? ਅਸੀਂ ਪੰਜਾਬੀ ਦੇ ਹਵਾਲੇ ਨਾਲ ਕੰਮ ਬੜੇ ਲੰਮੇ ਅਰਸੇ ਤੋਂ ਕਰ ਰਹੇ ਹਾਂ ਦੋਵੇਂ ਜੀ, ਤੇ ਉਹਦੇ ਵਿੱਚ ਪਹਿਲੇ ਤੇ ਅਸੀਂ ਇੱਥੇ ਜਿਹੜਾ ਆਪਣਾ ਲਿਟਰੇਰੀ ਫੈਸਟੀਵਲ ਕਰਵਾਉਂਦੇ ਸਾਂ, ਅਸੀਂ ਉਹ ਕਰਵਾਉਂਦੇ ਸਾਂ, ਉਹਦੇ ਨਾਲ ਦੇ ਨਾਲ ਅਸੀਂ ਕੁਕਨਸ ਦੇ ਨਾਂ ਤੋਂ ਇੱਕ ਜਿਹੜਾ ਰਸਾਲਾ ਹੈ ਉਹ ਕੱਢਨੇ ਆ ਜਿਹੜਾ ਪੰਜਾਬੀ ਵਿੱਚ ਹੁੰਦਾ ਹੈ, ਜਿਹੜਾ ਪੂਰੀ ਦੁਨੀਆ ਦੀਆਂ ਮੁਖਤਲਿਫ ਜ਼ਬਾਨਾਂ ਦੇ ਵਿੱਚ ਜਿਹੜਾ ਲਿਟਰੇਚਰ ਪਬਲਿਸ਼ ਹੋਇਆ ਹੋਵੇ ਉਹਨੂੰ ਪੰਜਾਬੀ ਵਿੱਚ ਟਰਾਂਸਲੇਟ ਕਰਕੇ ਤੇ ਅਸੀਂ ਛਾਪਨੇ ਆ ਰਸਾਲਾ, ਤੇ ਹਰ ਸਾਲ ਉਹ ਰਸਾਲਾ ਜਿਹੜਾ ਵੇ ਉਹ ਛਪਦਾ ਵੇ। ਲੇਕਿਨ ਅਸੀਂ ਦੋਵੇਂ ਚੁੱਕੇ ਹਿਸਟੋਰੀਅਨ ਆ, ਸਾਡਾ ਦੋਵਾਂ ਦਾ ਆਪਣਾ ਵੀ ਪੰਜਾਬ ਦੇ ਉੱਤੇ ਕੰਮ ਹੈ। ਮੇਰੀ PhD ਜਿਹੜੀ ਉਹ ਸਿੱਖ ਆਈਡੈਂਟੀ ਕੰਸਟਰਕਸ਼ਨ ਦੇ ਹਵਾਲੇ ਨਾਲ ਵੇ, ਕਲੋਨੀਅਲ ਪੰਜਾਬ ਵਿੱਚ, ਤੇ ਤੋਹੀਦ ਦਾ ਕੰਮ ਜਿਹੜਾ ਵੇ ਉਹ ਕਿਰਤੀ ਕਿਸਾਨ ਪਾਰਟੀ ਦੇ ਉੱਤੇ ਵੇ। ਸੋ ਬੀਂਗ ਹਿਸਟੋਰੀਅਨ ਵੀ ਸਾਨੂੰ ਇਹ ਚੀਜ਼ ਰਿਅਲਾਈਜ਼ ਹੋਈ ਕਿ ਜਦੋਂ ਅਸੀਂ ਸੋਰਸਿਸ ਨੂੰ ਵੇਖਦੇ ਹਾਂ ਤੇ ਮੋਸਟਲੀ ਸੋਰਸਿਸ ਜਿਹੜੇ ਨੇ ਉਹ ਅੰਗਰੇਜ਼ੀ ਵਿੱਚ ਲੱਭਦੇ ਨੇ ਸਾਨੂੰ, ਇੰਡੀਆ ਆਫਿਸ ਲਾਇਬ੍ਰੇਰੀ ਤੋਂ ਹੋ ਗਏ ਜਿੰਨੇ ਵੀ ਆਫਿਸ਼ੀਅਲ ਸੋਰਸਿਸ ਨੇ ਉਹ ਸਾਰੇ ਅੰਗਰੇਜ਼ੀ ਦੇ ਵਿੱਚ ਨੇ। ਤੇ ਇਹ ਇੱਕ ਗੱਲ ਵੇ ਕਿ ਜਦੋਂ ਸੋਰਸ ਜਿਹੜਾ ਜਿਹਨੇ ਪ੍ਰੋਡਿਊਸ ਕੀਤਾ ਤੇ ਜਿਹੜੀ ਜ਼ੁਬਾਨ ਵਿੱਚ ਪ੍ਰੋਡਿਊਸ ਕੀਤਾ ਉਹਦੇ ਵਿੱਚ ਬਹੁਤ ਸਾਰੇ ਬਾਇਸਿਸ ਸ਼ਾਮਿਲ ਹੋ ਜਾਂਦੇ ਨੇ, ਉਹਦੇ ਵਿੱਚ ਬਹੁਤ ਸਾਰੇ ਸਬਜੈਕਟਿਵਿਟੀ ਸ਼ਾਮਿਲ ਹੋ ਜਾਂਦੀ ਹੈ ਤੇ ਸਾਡੇ ਜਿਹੜੇ ਵਰਨੈਕੂਲਰ ਸੋਰਸਿਸ ਨੇ ਉਹਨਾਂ ਨੂੰ ਇਗਨੋਰ ਕਰ ਦਿੱਤਾ ਗਿਆ। ਸੋ ਇਹ ਗੱਲ ਸਾਨੂੰ ਬੜੀ ਚੰਗੀ ਤਰ੍ਹਾਂ ਇਹਦਾ ਅਹਿਸਾਸ ਹੁੰਦਾ ਸੀ ਤੇ ਉਸ ਚੀਜ਼ ਨੂੰ ਕਰਨ ਵਾਸਤੇ ਸਾਨੂੰ ਲੱਗਿਆ ਕਿ ਸਾਨੂੰ ਨਾ ਪੰਜਾਬੀ ਦੇ ਵਿੱਚ ਹਿਸਟਰੀ ਦੇ ਹਵਾਲੇ ਨਾਲ ਕੰਮ ਕਰਨਾ ਚਾਹੀਦਾ ਤਾਂ ਕਿ ਜਿਹੜੀ ਜਿਹੜੀ ਇਹ ਲੋਕਾਂ ਦੀ ਦੂਰੀ ਹੈ ਤਾਰੀਖ ਤੋਂ ਆਪਣੀ ਜ਼ੁਬਾਨ ਦੇ ਵਿੱਚ ਨਾ ਹੋਣ ਕਰਕੇ
ਉਹਨੂੰ ਖਤਮ ਕੀਤਾ ਜਾ ਸਕੇ। ਇਹਦੇ ਨਾਲ ਨਾਲ ਚੂੰਕਿ ਸਾਡੀ ਓਰਲ ਜਿਹੜੀ ਪੰਜਾਬ ਦੇ ਵਿੱਚ ਬਹੁਤ ਪੁਰਾਣੀ ਟਰੈਡੀਸ਼ਨ ਜਿਹੜੀ ਉਹ ਓਰਲ ਹਿਸਟਰੀ ਦੀ ਹੈ, ਪੰਜਾਬ ਦੇ ਵਿੱਚ ਰਿਟਨ ਹਿਸਟਰੀ ਦੀ ਟਰੈਡੀਸ਼ਨ ਬਾਅਦ ਵਿੱਚ ਆਈ ਹੈ, ਓਰਲ ਹਿਸਟਰੀ ਦੀ ਟਰੈਡੀਸ਼ਨ ਜ਼ਿਆਦਾ ਪੁਰਾਣੀ ਹੈ। ਤੇ ਉਹ ਓਰਲ ਹਿਸਟਰੀ ਦੀ ਟਰੈਡੀਸ਼ਨ ਕਿਉਂਕਿ ਸਾਰੀ ਪੰਜਾਬੀ ਦੇ ਵਿੱਚ ਹੈ ਤੇ ਉਹ ਜਿਹੜੇ ਸੋਰਸਿਸ ਅੱਜ ਕੱਲ੍ਹ ਬੱਚੇ ਯੂਟੀਲਾਈਜ਼ ਕਰਦੇ ਨੇ ਸਕਾਲਰਸ ਜਾਂ ਸਟੂਡੈਂਟਸ ਹਿਸਟਰੀ ਦੇ, ਉਹਦੇ ਵਿੱਚ ਫਿਰ ਓਰਲ ਹਿਸਟਰੀ ਦੇ ਸੋਰਸਿਸ ਇਗਨੋਰ ਹੋ ਰਹੇ ਨੇ। ਸੋ ਅਸੀਂ ਚਾਹੁੰਦੇ ਸਾਂ ਕਿ ਦੁਬਾਰਾ ਤੋਂ ਅਸੀਂ ਵਰਨੈਕੂਲਰਾਈਜੇਸ਼ਨ ਕਰੀਏ ਇਹਨਾਂ ਸੋਰਸਿਸ ਦੀ, ਇਹਨਾਂ ਸਾਰੀਆਂ ਚੀਜ਼ਾਂ ਨੂੰ ਜਿਹੜਾ ਹੈ ਉਹ ਦੁਬਾਰਾ ਤੋਂ ਇੱਕ ਦਫ਼ਾ ਫਿਰ ਲੋਕਾਂ ਦੇ ਸਾਹਮਣੇ ਆਉਣ ਕਿ ਇਸ ਤਰ੍ਹਾਂ ਕਰਕੇ ਵੀ ਹੋ ਸਕਦਾ ਕਿ ਅਸੀਂ ਇਹਨੂੰ ਇਸ ਤਰ੍ਹਾਂ ਚਾਹੁੰਦੇ ਹਾਂ ਕਿ ਲੋਕ ਜਿਹੜੇ ਨੇ ਉਹ ਕਲੱਬ ਦਾ ਰੈਫਰੈਂਸ ਦੇ ਕੇ ਸਾਡੇ ਲੈਕਚਰਸ ਦੇ ਜਿਹੜੇ ਨੇ ਉਹ ਰੈਫਰੈਂਸ ਦਿੱਤੇ ਜਾਣ ਕਿ ਜੀ ਉੱਥੇ ਇਹ ਗੱਲ ਹੋਈ। ਈਵਨ ਮੈਂ ਦੋ ਤਿੰਨ ਜਗ੍ਹਾ ਤੇ ਰੈਫਰੈਂਸ ਦੇਖਿਆ ਵੀ ਹੈ ਕਿ ਕਲੱਬ ਦੇ ਹਵਾਲੇ ਨਾਲ ਰੈਫਰੈਂਸ ਦੇ ਕੇ ਤੇ ਉਹਨਾਂ ਨੇ ਕਿਹਾ ਕਿ ਇਸ ਕਲੱਬ ਦੇ ਲੈਕਚਰ ਦੇ ਵਿੱਚ ਜਿਹੜੀ ਗੱਲ ਹੋਈ ਅਸੀਂ ਉਸ ਉਹਨੂੰ ਯੂਜ਼ ਕਰਦਿਆਂ ਹੋਇਆਂ ਉਹਨਾਂ ਨੇ ਆਪਣੇ ਆਰਟੀਕਲ ਦੇ ਵਿੱਚ ਉਹ ਗੱਲਾਂ ਲਿਖੀਆਂ। ਸੋ ਇਸ ਹਵਾਲੇ ਨਾਲ ਸਾਨੂੰ ਸੀਖ ਕੇ ਅਸੀਂ ਨਾ ਇਹਨੂੰ ਪੰਜਾਬੀ ਦੇ ਵਿੱਚ ਕਰੀਏ ਤੇ ਰਿਸਪੋਂਸ ਜਿਹੜਾ ਸੀ ਉਹ ਬਹੁਤ ਲੋਕਾਂ ਦਾ ਵਾਰਮ ਰਿਸਪੋਂਸ ਸੀ, ਸਾਨੂੰ ਬਹੁਤ ਪਿਆਰ ਮਿਲਿਆ ਪੰਜਾਬ ਦੋਵਾਂ ਪਾਸਿਓਂ ਡਾਇਸਪੋਰਾ ਵੱਲੋਂ, ਬਹੁਤ ਲੋਕਾਂ ਨੇ ਇਨਕਰੇਜ ਕੀਤਾ ਸਾਡੇ ਨਾਲ, ਬਹੁਤ ਵੱਡੇ ਵੱਡੇ ਨਾਂ ਨੇ ਜਿਹੜੇ ਪ੍ਰੋਫੈਸਰ ਜਿਨ੍ਹਾਂ ਨੇ ਆ ਕੇ ਸਕਾਲਰਸ ਆਪਣੀ ਰਿਸਰਚ ਸ਼ੇਅਰ ਕੀਤੀ, ਉਹਨਾਂ ਨੇ ਸਾਨੂੰ ਬੜਾ ਮਾਣ ਤਰਾਨ ਦਿੱਤਾ ਕਿ ਉਹ ਸਾਡੇ ਫੋਰਮ ਤੇ ਆਉਂਦੇ ਸਨ, ਅਸੀਂ ਜਦੋਂ ਵੀ ਕਹੀਏ ਜਿਸ ਟਾਈਮ ਵੀ ਕਹੀਏ। ਫਿਰ ਪੂਰੀ ਇੱਕ ਟੀਮ ਹੌਲੀ ਹੌਲੀ ਬਣਦੀ ਗਈ ਜਿਹਦੇ ਵਿੱਚ ਤਰ੍ਹਾਂ ਪੰਜਾਬਾਂ ਦੇ ਲੋਕ ਸ਼ਾਮਿਲ ਨੇ ਜਿਹੜੇ ਸਾਡੇ ਨਾਲ ਕੰਮ ਕਰਵਾਉਂਦੇ ਨੇ, ਸਾਨੂੰ ਮਸ਼ਵਰੇ ਵੀ ਦਿੰਦੇ ਨੇ, ਸਾਡੇ ਨਾਲ ਹਰ ਜਗ੍ਹਾ ਤੇ ਜਿਹੜੇ ਨੇ ਉਹ ਨਾਲ ਖਲੋਂਦੇ ਨੇ, ਤੇ ਐਸੇ ਕਰਕੇ ਫਿਰ ਇਹ ਫੋਰਮ ਜਿਹੜਾ ਵੀ ਉਹ ਅੱਗੇ ਚੱਲਦਾ ਰਿਹਾ। ਹਾਂਜੀ ਹਾਂਜੀ, ਇਹ ਓਰਲ ਹਿਸਟਰੀ ਤੋਂ ਤੁਹਾਡਾ ਕੀ ਭਾਵ ਹੈ? ਕਿਉਂਕਿ ਜੇ ਮੈਂ ਆਪਣੇ ਬਚਪਨ ਵੱਲ ਜਾਵਾਂ ਤਾਂ ਜਿਹੜੇ ਦਾਦੇ ਦਾਦੀਆਂ, ਨਾਨੇ ਨਾਨੀਆਂ ਜਾਂ ਘਰ ਦੇ ਵੱਡੇ ਬਜ਼ੁਰਗ ਬੰਦੇ ਤੇ ਔਰਤਾਂ ਬਾਤਾਂ ਸੁਣਾਇਆ ਕਰਦੇ ਸੀ ਬੱਚਿਆਂ ਨੂੰ, ਬਾਲਾਂ ਨੂੰ ਆਪਣੇ ਦੁਆਲੇ ਇਕੱਠੇ ਕਰਕੇ ਜਾਂ ਰਾਤ ਨੂੰ ਧੂਣੀ ਸੇਕਦਿਆਂ ਜਾਂ ਰਜਾਈਆਂ 'ਚ ਬਿਠਾ ਕੇ, ਤੇ ਬੜੀਆਂ ਇਸ ਤਰ੍ਹਾਂ ਦੀਆਂ ਬਾਤਾਂ ਦੇ ਸਿਲਸਿਲੇ ਚੱਲਦੇ ਸੀ। ਲੰਬੀਆਂ ਬਾਤਾਂ ਦੋ ਦੋ ਤਿੰਨ ਤਿੰਨ ਦਿਨ ਚੱਲਦੀਆਂ ਸੀ, ਜਾਂ ਫਿਰ ਜਿਹੜੇ ਢਾਡੀ ਕਵੀਸ਼ਰ ਵਾਰਾਂ ਸੁਣਾਉਂਦੇ ਨੇ ਯੋਧਿਆਂ ਦੀਆਂ ਬਹਾਦਰਾਂ ਦੀਆਂ, ਤੇ ਓਰਲ ਹਿਸਟਰੀ ਦੇ ਵਿੱਚ ਤੁਹਾਡੇ ਕੋਲ ਹੋਰ ਕੀ ਕੀ ਹੈ? ਤੁਹਾਡਾ ਕੀ ਭਾਵ ਹੈ ਓਰਲ ਹਿਸਟਰੀ ਤੋਂ? ਕਿਸੇ ਕਹਾਣੀਆਂ ਜੀ 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 ਬਿਲਕੁਲ ਕਿਸੇ ਕਹਾਣੀਆਂ ਨੇ ਜਾਂ ਜਿਹੜੀ ਸ਼ਾਇਰੀ ਦੇ ਉਹ ਬਹੁਤ ਸਾਰੀ ਓਰਲੀ ਅੱਗੇ ਟ੍ਰਾਂਸਫਰ ਹੁੰਦੀ ਰਹੀ ਹੈ ਜਨਰੇਸ਼ਨ ਟੂ ਜਨਰੇਸ਼ਨ। ਹੁਣ ਇਹਦੇ ਵਿੱਚ ਇੱਕ ਬਹੁਤ ਵੱਡੀ ਐਗਜ਼ਾਮਪਲ ਹੈ ਵੇ ਕਿ ਜਿਹੜੀ ਜੋਗੀਆਂ ਦੀ ਤਾਰੀਖ ਹੈ ਉਹ ਤਾਰੀਖ ਲਿਖੀ ਨਹੀਂ ਗਈ ਹੈ, ਤੇ ਉਸ ਤਾਰੀਖ ਦੇ ਉੱਤੇ ਸਾਡੇ ਫੋਰਮ ਤੇ ਕਾਫੀ ਲੈਕਚਰ ਹੋਏ ਨੇ, 4-5 ਲੈਕਚਰ ਮੇਰਾ ਹਾਲੇ ਹੋਏ ਨੇ, ਤੇ ਉਹਨਾਂ ਦੇ ਵਿੱਚ ਜੋਗੀਆਂ ਦੀ ਤਾਰੀਖ ਦੇ ਹਵਾਲੇ ਨਾਲ ਗੱਲਾਂ ਹੋਈਆਂ, ਉਹਨਾਂ ਨੂੰ ਇਕੱਠਿਆਂ ਕੀਤਾ ਗਿਆ, ਨੈਨਸੁਖ ਹੋਰਾਂ ਨੇ ਲੈਕਚਰ ਇੱਥੇ ਜਿਹੜਾ ਹੈ ਉਹ ਦਿੱਤਾ, ਤੇ ਇਸ ਤਰ੍ਹਾਂ ਹੋਰ ਵੀ ਬਹੁਤ ਸਾਰੇ ਸਾਡੇ ਦੋਸਤ ਨੇ ਜਿਨ੍ਹਾਂ ਨੇ ਇੱਥੇ ਲੈਕਚਰ ਦਿੱਤੇ, ਤੇ ਉਹਨਾਂ ਜਿਹੜੀ ਹੁਣ ਜੋਗੀਆਂ ਦੀ ਤਾਰੀਖ ਹੈ ਉਹ ਤੁਹਾਨੂੰ ਰਿਟਨ ਨਹੀਂ ਲੱਭਦੀ, ਉਹ ਤੁਹਾਨੂੰ ਓਰਲ ਲੱਭਦੀ। ਬਹੁਤ ਸਾਰੇ ਅਹਾਨ ਨੇ ਜਿਹੜੇ ਜਿਨ੍ਹਾਂ ਦੇ ਥਰੂ ਹਿਸਟਰੀ ਲਿਖੀ ਜਾਂਦੀ ਹੈ, ਕਿਉਂਕਿ ਤਾਰੀਖ ਦੇ ਵਿੱਚ ਜਿਹੜੇ ਸੋਰਸਿਸ ਇਸਤੇਮਾਲ ਹੁੰਦੇ ਨੇ ਉਹਦੇ ਵਿੱਚ ਫੋਕਲੋਰਸ ਹੋ ਗਈਆਂ ਜਾਂ ਕਿਸੇ ਕਹਾਣੀਆਂ ਹੋ ਗਈਆਂ ਜਾਂ ਫਿਰ ਅਖਾਨ ਹੋ ਗਏ, ਇਹ ਸਾਰਿਆਂ ਨੂੰ ਅਸੀਂ ਇਸ ਸੋਰਸ ਯੂਜ਼ ਕਰ ਸਕਦੇ ਹਾਂ। ਸੋ ਇਸ ਹਵਾਲੇ ਨਾਲ ਵੀ ਇਹਦੇ ਤੇ ਕੰਮ ਕੀਤਾ ਗਿਆ, ਤੇ ਲੋਕਾਂ ਨੇ ਜਿਹੜਾ ਵੀ ਜਿਹੜੇ ਲੋਕ ਆਪਣੀ ਰਿਸਰਚ ਜਿਨ੍ਹਾਂ ਦੀ ਜੋਗੀਆਂ ਉੱਤੇ ਸੀ ਉਹਨਾਂ ਨੇ ਸਾਂਝੀ ਕੀਤੀ, ਤੇ ਉਹਨਾਂ ਨੇ ਦੱਸਿਆ ਕਿ ਇਹ ਚੀਜ਼ਾਂ ਜਿਹੜੀਆਂ ਨੇ ਮੌਜੂਦ ਨੇ, ਤੇ ਉਸ ਟ੍ਰੈਡੀਸ਼ਨ ਨੂੰ ਅਸਾਂ ਉਸ ਚੀਜ਼ ਨੂੰ ਵੀ ਇਕੱਠਿਆਂ ਕਰਨ ਦੀ ਕੋਸ਼ਿਸ਼ ਕੀਤੀ ਹੈ। ਹਾਂਜੀ, ਤੁਸੀਂ ਨੈਣ ਸੁਖ ਜੀ ਦਾ ਨਾਂ ਲਿਆ, ਨੈਣ ਸੁਖ ਜਿਨ੍ਹਾਂ ਨੂੰ ਐਤਕੀ ਢਾਹਾਂ ਪੁਰਸਕਾਰ ਮਿਲਿਆ, ਉਹਨਾਂ ਦੀ ਪੁਸਤਕ ਜੋਗੀ ਸਪਤਰਾ ਉੱਤੇ ਢਾਹਾਂ ਪੁਰਸਕਾਰ ਦਾ ਜਿਹੜਾ ਸਭ ਤੋਂ ਸਿਖਰਲਾ ਪੁਰਸਕਾਰ ਹੈ ਤਿੰਨਾਂ ਦੀ ਸ਼੍ਰੇਣੀ ਵਿੱਚੋਂ, ਉਹ ਉਹਨਾਂ ਨੂੰ ਮਿਲਿਆ। ਤੇ ਇਹਦੇ ਲਈ ਇੱਕ ਤਾਂ ਲਹਿੰਦੇ ਪੰਜਾਬ ਦੇ ਸਾਰੇ ਪੰਜਾਬੀਆਂ ਨੂੰ ਸਾਡੇ ਵੱਲੋਂ ਇੱਧਰ ਨੂੰ ਤੇ ਟੀਵੀ ਪੰਜਾਬ ਵੱਲੋਂ ਬਹੁਤ ਬਹੁਤ ਵੱਡੀ ਵਧਾਈ। ਤੇ ਇਸ ਤੋਂ ਹੀ ਮੈਨੂੰ ਚੇਤੇ ਆਇਆ, ਉਂਝ ਵੀ ਮੈਂ ਇਹ ਸਵਾਲ ਪੁੱਛਣਾ ਸੀ ਹੋਲਾ, ਕਿ ਤੁਸੀਂ ਜਿਹੜਾ ਇਹ ਢਾਹਾਂ ਪੁਰਸਕਾਰ ਹੈ ਉਹਦੇ ਜਿਹੜੇ ਜੱਜਾਂ ਦੀ ਜਿਹੜੀ ਜਿਊਰੀ ਬਣਦੀ ਹੈ ਪੁਰਸਕਾਰ ਜੇਤੂਆਂ ਦੇ ਨਾਂ ਚੁਣਨ ਲਈ, ਤੇ ਤੁਸੀਂ ਐਤਕੀ ਉਸ ਜਿਊਰੀ ਦੇ ਚੇਅਰਪਰਸਨ ਸੋ, ਤੇ ਪਿਛਲੇ ਦਿਨੀ ਢਾਹਾਂ ਪੁਰਸਕਾਰ ਦਾ ਐਲਾਨ ਹੋਇਆ ਜਿਹੜਾ ਔਨਲਾਈਨ ਇਹ ਸਾਰਾ ਪ੍ਰੋਗਰਾਮ ਹੋਇਆ, ਤੇ ਤੁਸੀਂ ਚੇਅਰਪਰਸਨ ਦੀ ਹੈਸੀਅਤ ਵਿੱਚ ਸੰਬੋਧਨ ਵੀ ਕੀਤਾ ਸੀ, ਤੇ ਤੁਸੀਂ ਚੇਅਰਪਰਸਨ ਰਹੇ ਹੋ, ਹਾਂਜੀ, ਇਹ ਤਜਰਬਾ ਤੁਹਾਡਾ ਕਿਸ ਤਰ੍ਹਾਂ ਦਾ ਰਿਹਾ, ਤੇ ਇਸ ਦੇ ਨਾਲ ਹੀ ਤੁਸੀਂ ਹੋਰ ਵੀ ਕੀ ਕਰ ਰਹੇ ਹੋ? ਹਾਂਜੀ, ਢਾਹਾਂ ਪ੍ਰਾਈਜ਼ ਦੀ ਜਿਹੜਾ 2021 ਦਾ ਸੀ ਸੈਂਟਰਲ ਜੂਰੀ ਉਹਦੀ ਮੈਂ ਇਸ ਦਫ਼ਾ ਚੇਅਰ ਸਾਂ। ਬੜੀ ਮਿਹਰਬਾਨੀ ਬਾਜ ਢਾਹਾਂ ਹੋਰਾਂ ਦੀ, ਹਰਿੰਦਰ ਢਾਹਾਂ ਹੋਰਾਂ ਦੀ, ਕਿ ਉਹਨਾਂ ਨੇ ਮੇਰੇ ਜੈਸੇ ਯੰਗ ਜੂਨੀਅਰ ਬੰਦੇ ਨੂੰ ਇਹ ਮੌਕਾ ਦਿੱਤਾ ਕਿ ਉਹਦਾ ਹਿੱਸਾ ਬਣ ਸਕਿਆ, ਤੇ ਮੇਰੇ ਵਾਸਤੇ ਬੜੇ ਮਾਣ ਤਰਾਨ ਦੀ ਗੱਲ ਸੀ।
ਉਸ ਜਿਊਰੀ ਦੇ ਵਿੱਚ ਹੁੰਦਿਆਂ ਜਿਹੜਾ ਵੀ ਉਹ ਜਿਹੜੀਆਂ ਕਿਤਾਬਾਂ ਗੁਰਮੁਖੀ ਸ਼ਾਹਮੁਖੀ ਦੀਆਂ ਕਿਤਾਬਾਂ ਆਈਆਂ ਉਹਨਾਂ ਦੇ ਵਿੱਚ ਮੇਰੇ ਨਾਲ ਹੋਰ ਜਿਊਰੀ ਮੈਂਬਰ ਸਨ ਜਿਹਨਾਂ ਅਸਾਂ ਸਾਰਿਆਂ ਨੇ ਮਿਲ ਕੇ ਉਹ ਕਿਤਾਬਾਂ ਦੇਖੀਆਂ ਤੇ ਉਹਦੇ ਵਿੱਚ ਨੈਨ ਸਖੋਰਾ ਦੀ ਕਿਤਾਬ ਜਿਹੜੀ ਹੈ ਉਹਨੂੰ ਪਹਿਲਾ ਪ੍ਰਾਈਜ਼ ਮਿਲਿਆ। ਮੈਨੂੰ ਬੜੀ ਖੁਸ਼ੀ ਹੈ ਕਿ ਸ਼ਾਹਮੁਖੀ ਦੀ ਕਿਤਾਬ ਨੂੰ ਪਹਿਲੀ ਵਾਰੀ ਇਸ ਦਫ਼ਾ 2021 ਦੇ ਵਿੱਚ ਡਾਹਾਂ ਪ੍ਰਾਈਜ਼ ਵੱਲੋਂ ਜਿਹੜਾ ਵੀ ਪਹਿਲਾ ਇਨਾਮ ਮਿਲਿਆ ਵੇ ਤੇ ਮੈਂ ਉਹਨਾਂ ਦੀ ਟੀਮ ਦਾ ਹਿੱਸਾ ਸਾਂ। ਇਹਦੇ ਵਿੱਚ ਬਹੁਤ ਕੁਛ ਸਿੱਖਣ ਦਾ ਮੌਕਾ ਵੀ ਲੱਭਿਆ, ਬਹੁਤ ਸਾਰੀਆਂ ਕਿਤਾਬਾਂ ਪੜ੍ਹਨ ਦਾ ਮੌਕਾ ਵੀ ਲੱਭਿਆ। ਲਿਟਰੇਚਰ ਜਿਹੜਾ ਇੰਡੀਅਨ ਪੰਜਾਬ ਵਾਲੀ ਸਾਈਡ ਦਾ ਲਿਟਰੇਚਰ ਜਿਹੜਾ ਆਇਆ ਸਾਡੇ ਕੋਲ ਉਹਨੂੰ ਪੜ੍ਹਨ ਦਾ ਮੌਕਾ ਮਿਲਿਆ। ਸੋ ਮੈਨੂੰ ਬੜਾ ਚੰਗਾ ਲੱਗਿਆ ਉਸ ਟੀਮ ਦਾ ਹਿੱਸਾ ਬਣ ਕੇ। ਤੇ ਬਲਬੀਰ ਮਾਧੋਪੁਰੀ ਹੋਰਾਂ ਦੀ ਕਿਤਾਬ ਜਿਹੜੀ ਉਹ ਦੂਸਰੇ ਨੰਬਰ ਤੇ ਆਈ ਸੀ, ਮਿੱਟੀ ਬੋਲ ਪਈ ਕਿਤਾਬ, ਮਰਸੀਏ ਜਿਹੜੀ ਉਹ ਤੀਸਰੇ ਨੰਬਰ ਤੇ ਫਾਈਨਲਿਸਟ ਵਿੱਚ ਆ, ਦੋ ਕਿਤਾਬਾਂ ਜਿਹੜੀਆਂ ਨੇ ਉਹ ਦਾ ਹਿੱਸਾ ਸਨ। ਇਸ ਦੇ ਇਲਾਵਾ ਪੰਜਾਬੀ ਦੇ ਹਵਾਲੇ ਨਾਲ ਜਿਹੜਾ ਵੀ ਉਹ ਅਸੀਂ ਇੱਕ ਤੇ ਹਿਸਟਰੀ ਦੇ ਹਵਾਲੇ ਨਾਲ ਅਸੀਂ ਇੱਕ ਪ੍ਰੋਜੈਕਟ ਤੇ ਕੰਮ ਕਰ ਰਹੇ ਹਾਂ ਜਿਹੜਾ ਕਿ ਬਹੁਤ ਜਲਦ ਸਾਹਮਣੇ ਆ ਜਾਏਗਾ। ਟਰਮੀਨੋਲੋਜੀ ਦੇ ਹਵਾਲੇ ਨਾਲ ਕਿ ਜਿਹੜੀ ਕਲੋਨੀਅਲ ਟਰਮੀਨੋਲੋਜੀ ਇਸਤੇਮਾਲ ਹੁੰਦੀ ਹੈ ਤਾਰੀਖ ਲਿਖਣ ਦੇ ਵਿੱਚ ਪੰਜਾਬ ਦੇ ਹਵਾਲੇ ਨਾਲ, ਖਾਸ ਤੌਰ ਤੇ ਉਹਦੇ ਵਿੱਚ ਅਸੀਂ ਉਹਨੂੰ ਡੀਕਲੋਨਾਈਜ਼ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਤੇ ਮਤਲਬ ਬਹੁਤ ਸਾਰੀਆਂ ਅਸੀਂ ਇਹ ਟਰਮੀਨੋਲੋਜੀ ਤੇ ਬਹੁਤ ਗੱਲ ਕਰਦੇ ਰਹਿੰਦੇ ਹਾਂ ਆਪਣੇ ਲੈਕਚਰਸ ਵਿੱਚ, ਸਵਾਲ ਵੀ ਕਰਦੇ ਹਾਂ ਜਿਹੜੇ ਲੋਕ ਸਾਡੇ ਕੋਲ ਆਉਂਦੇ ਨੇ ਉਹਨਾਂ ਕੋਲੋਂ ਕਿ ਜਿੰਝ ਅਸੀਂ ਐਗਜ਼ਾਮਪਲ ਲੈਂਦੇ ਹਾਂ ਕਿ ਐਂਗਲੋ ਸਿੱਖ ਵਾਰ ਹੈ ਤੇ ਸਾਡੇ ਇੱਥੇ ਜਿਹੜੀਆਂ ਡਿਵੀਜ਼ਨ ਕੀਤੀ ਗਈ ਰਿਲੀਜੀਅਸ ਬੇਸਿਸ ਤੇ ਪੰਜਾਬ ਦੇ ਵਿੱਚ, ਉਹਦੇ ਵਿੱਚ ਅੰਗਰੇਜ਼ਾਂ ਨੇ ਆਪਣੇ ਆਪ ਨੂੰ ਤੇ ਐਂਗਲੋ ਰੱਖਿਆ ਲੇਕਿਨ ਸਾਡੇ ਜਿਹੜੇ ਪੰਜਾਬੀ ਲੜੇ ਉਹਨਾਂ ਦੇ ਨਾਲ ਉਹਨਾਂ ਨੂੰ ਸਿੱਖ ਕਰ ਦਿੱਤਾ। ਇਸੇ ਤਰ੍ਹਾਂ ਜਿਹੜਾ ਵੇ ਉਹ ਮਹਾਰਾਜਾ ਦਾ ਇਰਾ ਜਿਹੜਾ ਵੇ ਉਹ ਸਿੱਖ ਇਰਾ ਹੋ ਜਾਂਦਾ ਵੇ ਤੇ ਮੁਗਲਾਂ ਦਾ ਇਰਾ ਮੁਸਲਿਮ ਇਰਾ ਹੋ ਜਾਂਦਾ, ਲੇਕਿਨ ਜਦੋਂ ਬ੍ਰਿਟਿਸ਼ ਇਰਾ ਆਉਂਦਾ ਤੇ ਉਹ ਕ੍ਰਿਸਚਨ ਇਰਾ ਨਹੀਂ ਹੁੰਦਾ ਬਲਕਿ ਉਹ ਬ੍ਰਿਟਿਸ਼ ਇਰਾ ਹੀ ਰਹਿੰਦਾ। ਸੋ ਇਸ ਤਰ੍ਹਾਂ ਦੀ ਜਿਹੜੀ ਟਰਮੀਨੋਲੋਜੀ ਹੈ ਅਸੀਂ ਉਹਦੇ ਤੇ ਵੀ ਨਾਲ ਦੇ ਨਾਲ ਗੱਲ ਕਰਦੇ ਹਾਂ ਕਿ ਕਿਸ ਤਰ੍ਹਾਂ ਕਰਕੇ ਇਸ ਨੂੰ ਚੇਂਜ ਕੀਤਾ ਜਾ ਸਕਦਾ ਹੈ ਤੇ ਇਹਦੇ ਥਾਂ ਤੇ ਕਿਹੜੇ ਵਰਡ ਜਿਹੜੇ ਨੇ ਉਹ ਇਸਤੇਮਾਲ ਹੋਣੇ ਚਾਹੀਦੇ ਨੇ। ਤੇ ਇੱਕ ਹੋਰ ਜਿਹੜਾ ਅਸੀਂ ਚਾਹੁੰਦੇ ਹਾਂ ਕਿ ਪੰਜਾਬੀ ਦੇ ਹਵਾਲੇ ਨਾਲ ਇੱਕ ਪੰਜਾਬ ਸਟੱਡੀਜ਼ ਦਾ ਇੰਸਟੀਟਿਊਟ ਅਸੀਂ ਡਿਵੈਲਪ ਕਰੀਏ ਜਿਹਦੇ ਵਿੱਚ ਲੋਕ ਦੋਵਾਂ ਪੰਜਾਬਾਂ ਦੇ, ਤੀਸਰੇ ਪੰਜਾਬ ਦੇ ਜਿਹਨਾਂ ਲੋਕਾਂ ਦਾ ਵੀ ਪੰਜਾਬ ਦੇ ਹਵਾਲੇ ਨਾਲ ਕੰਮ ਹੈ ਉਸ ਇੰਸਟੀਟਿਊਟ ਦਾ ਹਿੱਸਾ ਬਣਨ ਤੇ ਜਿਹੜੇ ਸਟੂਡੈਂਟਸ ਨੇ ਉਹਨਾਂ ਦੇ ਨਾਲ ਉਹ ਉਸ ਇੰਸਟੀਟਿਊਟ ਤੋਂ ਪੜ੍ਹਨ ਤੇ ਇਹ ਸਾਰਾ ਜਿਹੜਾ ਪੰਜਾਬੀ ਦੇ ਵਿੱਚ ਹੋਵੇ ਕਿ ਇੰਸਟੀਟਿਊਟ ਦੀ ਜਿਹੜੀ ਮੀਡੀਅਮ ਆਫ ਇੰਸਟਰਕਸ਼ਨ ਹੈ ਉਹ ਅਸੀਂ ਪੰਜਾਬੀ ਰੱਖਣਾ ਚਾਹੁੰਦੇ ਹਾਂ। ਇਸ ਦੇ ਨਾਲ ਨਾਲ ਅਸੀਂ ਪੰਜਾਬ ਸਾਡੇ ਪਾਕਿਸਤਾਨੀ ਪੰਜਾਬ ਦੇ ਵਿੱਚ ਲੈਂਗੁਏਜ ਦੇ ਹਵਾਲੇ ਨਾਲ ਕੰਮ ਕਰ ਰਹੇ ਹਾਂ ਕਿ ਸਕੂਲਾਂ ਕਾਲਜਾਂ ਦੇ ਵਿੱਚ ਪੰਜਾਬੀ ਨੂੰ ਮੀਡੀਅਮ ਆਫ ਇੰਸਟਰਕਸ਼ਨ ਬਣਾਇਆ ਜਾਵੇ ਕਿਉਂਕਿ ਸਾਡੇ ਇੱਥੇ ਇਹ ਜਿਹੜੀ ਇਹ ਥੋੜ੍ਹ ਹੈ ਕਿ ਪੰਜਾਬ ਦੇ ਵਿੱਚ ਪੰਜਾਬੀ ਮੀਡੀਅਮ ਆਫ ਇੰਸਟਰਕਸ਼ਨ ਨਹੀਂ ਹੈ ਜਦਕਿ ਦੂਜਿਆਂ ਸਾਰਿਆਂ ਸੂਬਿਆਂ ਦੇ ਵਿੱਚ ਉਹਨਾਂ ਦੀ ਜਿਹੜੀ ਮਦਰ ਟੰਗ ਹੈ ਉਹ ਮੀਡੀਅਮ ਆਫ ਇੰਸਟਰਕਸ਼ਨ ਹੈ ਸਕੂਲਾਂ ਤੇ ਕਾਲਜਾਂ ਦੇ ਵਿੱਚ, ਲੇਕਿਨ ਸਾਡੇ ਇੱਥੇ ਸਕੂਲਾਂ ਦੇ ਵਿੱਚ ਜਿਹੜਾ ਵੇ ਉਹ ਉਰਦੂ ਜਾਂ ਅੰਗਰੇਜ਼ੀ ਹੀ ਸਿਰਫ ਪੜ੍ਹਾਈ ਜਾਂਦੀ ਹੈ। ਹਾਂਜੀ, ਤੇ ਢਾਹਾਂ ਪੁਰਸਕਾਰ ਦੇ ਜੱਜਾਂ ਦੀ ਜਿਊਰੀ ਦੇ ਚੇਅਰਪਰਸਨ ਦੀ ਹੈਸੀਅਤ ਵਿੱਚ ਤੁਸੀਂ ਕਹਿ ਰਹੇ ਹੋ, ਤੁਸੀਂ ਹੁਣੇ ਦੱਸਿਆ ਵੀ ਹੈ ਕਿ ਤੁਸੀਂ ਉਹ ਪੁਸਤਕਾਂ ਪੜ੍ਹੀਆਂ ਤੇ ਜਿਹੜੇ ਚੜ੍ਹਦੇ ਪੰਜਾਬ ਵਾਲਿਆਂ ਦੀਆਂ ਪੁਸਤਕਾਂ ਸਨ ਜਿਸ ਤਰ੍ਹਾਂ ਡਾਕਟਰ ਸਰਗੀ ਦੀ ਆਪੋ ਆਪਣੇ ਮਰਸੀਏ, ਬਲਬੀਰ ਮਾਧੋਪੁਰੀ ਹੋਰਾਂ ਦੀ ਮਿੱਟੀ ਬੋਲ ਪਈ, ਤੇ ਇਹ ਪੁਸਤਕਾਂ ਤਾਂ ਗੁਰਮੁਖੀ ਵਿੱਚ ਸਨ, ਤੇ ਕੀ ਤੁਸੀਂ ਇਹ ਵੀ ਪੜ੍ਹੀਆਂ? ਤਾਂ ਇਹਦਾ ਮਤਲਬ ਤੁਸੀਂ ਗੁਰਮੁਖੀ ਪੜ੍ਹਨੀ ਜਾਣਦੇ ਹੋ ਮੇਰੀ ਜਾਂਚ। ਹਾਂਜੀ, ਮੈਂ ਗੁਰਮੁਖੀ ਪੜ੍ਹ ਲੈਂਦੀ ਜੇ, ਮੈਂ ਗੁਰਮੁਖੀ ਸਿੱਖੀ ਸੀ। ਮੈਂ ਜਦੋਂ ਲੰਡਨ ਆਪਣੀ ਰਿਸਰਚ ਵਾਸਤੇ ਗਈ ਸਾਂ ਤੇ ਉੱਥੇ ਕਰਮਸਰ ਗੁਰਦੁਆਰਾ ਸਕੂਲ ਸੀ, ਮੈਂ ਉੱਥੇ ਜਾਂਦੀ ਸਾਂ ਜੇ, ਤੇ ਉੱਥੇ ਮੈਂ ਗੁਰਮੁਖੀ ਸਿੱਖੀ ਸੀ ਕਿਉਂਕਿ ਮੇਰੇ ਜਿਹੜਾ ਕੰਮ ਸੀ ਉਹ ਸਿੱਖ ਹਿਸਟਰੀ ਉੱਤੇ ਵੇ ਮੇਰੀ PhD ਦਾ, ਤੇ ਫਿਰ ਉਹਦੇ ਵਿੱਚ ਮੈਨੂੰ ਜ਼ਿਆਦਾ ਸੋਰਸਿਸ ਜਿਹੜੇ ਸਨ ਉਹ ਗੁਰਮੁਖੀ ਵਿੱਚ ਲੱਭਦੇ ਸਨ, ਜਿਵੇਂ ਰਹਿਤਨਾਮਾਜ਼ ਹੋ ਗਏ ਜਾਂ ਜਨਮ ਸਾਖੀਆਂ ਹੋ ਗਈਆਂ ਜਾਂ ਫਿਰ ਹੋਰ ਜਿਹੜੇ ਹਿਸਟੋਰੀਕਲ ਸੋਰਸਿਸ ਨੇ ਹਾਲਸਾ ਅਖਬਾਰ ਜਾਂ ਇਸ ਤਰ੍ਹਾਂ ਦੇ ਬਹੁਤ ਸਾਰੇ ਸੋਰਸਿਸ ਜਿਹੜੇ ਸਨ ਉਹ ਗੁਰਮੁਖੀ ਵਿੱਚ ਸਨ, ਤੇ ਉਹ ਪੜ੍ਹਨ ਵਾਸਤੇ ਫਿਰ ਮੈਨੂੰ ਜਿਹੜਾ ਸੀ ਉਹ ਗੁਰਮੁਖੀ ਸਿੱਖਣੀ ਪਈ ਤੇ ਮੈਨੂੰ ਬੜਾ ਬਲਕਿ ਅੱਛਾ ਲੱਗਿਆ ਕਿ ਮੈਨੂੰ ਮੌਕਾ ਲੱਗ ਗਿਆ ਗੁਰਮੁਖੀ ਸਿੱਖਣ ਦਾ। ਤੇ ਮੈਂ ਫਿਰ ਗੁਰਮੁਖੀ ਦੇ ਹਵਾਲੇ ਨਾਲ ਕੀਰਤੀ ਮੈਗਜ਼ੀਨ ਜਿਹੜਾ ਗਦਰੀ ਬਾਬਿਆਂ ਦਾ ਨਿਕਲਦਾ ਸੀ ਵੈਨਕੋਵਰ ਤੋਂ, ਉਸ ਮੈਗਜ਼ੀਨ ਦੀ ਕੁਛ ਪਾਰਟ ਜਿਹੜੇ ਨੇ ਉਹ ਮੈਂ ਟਰਾਂਸਲੇਟਰੇਸ਼ਨ ਵੀ ਉਹਨਾਂ ਦੀ ਕੀਤੀ ਵੇ, ਯਾਨੀ ਉਹਨਾਂ ਨੂੰ ਮੈਂ ਗੁਰਮੁਖੀ ਤੋਂ ਸ਼ਾਹਮੁਖੀ ਦੇ ਵਿੱਚ ਟਰਾਂਸਲੇਟ ਵੀ ਕੀਤਾ ਹੈ, ਜਿਹਨਾਂ ਵਿੱਚੋਂ ਇੱਕ ਜਿਹੜਾ ਵੇ ਉਹ ਆਰਟੀਕਲ ਮੇਰਾ 12 ਮਾਹ ਦੇ ਵਿੱਚ ਛਪਿਆ ਸੀ ਜਿਹੜਾ ਪੰਜਾਬੀ ਦਾ ਮੈਗਜ਼ੀਨ ਇਸ ਨੂੰ ਪੰਜਾਬ ਵੱਲੋਂ ਨਿਕਲਦਾ ਵੇ, ਤੇ ਤਰਿੰਜਨ ਜ਼ੁਬੈਰ ਅਹਿਮਦ ਸਾਹਿਬ ਉਹਨੂੰ ਕੱਢਦੇ ਨੇ ਤੇ ਉਹ ਉਹਦੇ ਵਿੱਚ ਮੇਰਾ ਇੱਕ ਆਰਟੀਕਲ ਉਹ ਵੀ ਛਪਿਆ ਸੀ ਤੇ ਬਾਕੀ ਦਾ ਵੀ ਕੀਰਤੀ ਮੈਗਜ਼ੀਨ ਕਿਉਂਕਿ ਸਾਰੇ ਦਾ ਸਾਰਾ ਗੁਰਮੁਖੀ ਵਿੱਚ ਹੈ ਤੇ ਮੈਂ ਉਹਦੇ ਤੇ ਕੰਮ ਕਰ ਰਹੀ ਹਾਂ ਕਿ ਮੈਂ ਉਹਦੀ ਟਰਾਂਸਲੇਟਰੇਸ਼ਨ ਕਰਾਂ ਸ਼ਾਹਮੁਖੀ ਦੇ ਵਿੱਚ, ਤਾਂ ਕਿ ਜਿਹੜੇ ਇੱਥੇ ਦੇ ਲੋਕ ਇਸ ਸਾਈਡ ਦੇ ਲੋਕ ਨੇ ਉਹ ਵੀ ਜਿਹੜੇ ਲੋਕ ਗੁਰਮੁਖੀ ਨਹੀਂ ਪੜ੍ਹ ਸਕਦੇ
ਉਹ ਵੀ ਉਹਨੂੰ ਪੜ੍ਹ ਸਕਣ। ਹਾਂਜੀ ਹਾਂਜੀ ਹੋਲਾ, ਗਦਰੀ ਬਾਬਿਆਂ ਦਾ ਇਤਿਹਾਸ ਤਾਂ ਸਾਡਾ ਦੋਵੇਂ ਪੰਜਾਬਾਂ ਦਾ ਇਤਿਹਾਸ ਹੈ, ਅਤੇ ਖਾਸ ਕਰਕੇ ਗਦਰੀ ਬਾਬਿਆਂ ਨੂੰ ਇਨਕਲਾਬ ਦੀ ਚੇਟਕ, ਆਜ਼ਾਦੀ ਦੀ ਚੇਟਕ, ਆਜ਼ਾਦੀ ਦਾ ਫੁਰਨਾ, ਆਜ਼ਾਦੀ ਹਾਸਲ ਕਰਨ ਦਾ ਫੁਰਨਾ ਅਮਰੀਕਾ ਤੇ ਕੈਨੇਡਾ ਜਾ ਕੇ ਹੀ ਲੱਗਿਆ ਸੀ, ਤੇ ਉਹਨਾਂ ਭੋਏ ਤੋਂ, ਉਹਨਾਂ ਧਰਤੀਆਂ ਤੋਂ ਉਹ ਇਨਕਲਾਬ ਦੇ ਆਪਣੇ ਮਨ ਚ ਸਿੱਕ ਲੈ ਕੇ ਆਪਣੇ ਮੁਲਕ ਪਰਤੇ ਸਨ, ਤੇ ਸਾਂਝਾ ਪੰਜਾਬ ਸੀ ਉਦੋਂ ਸਾਡੇ ਕੋਲ। ਤੇ ਹੋਲਾ, ਤੁਸੀਂ ਪੰਜਾਬੀ ਪੜ੍ਹਨੀ ਸਿੱਖੀ, ਇਹ ਵੱਡੀ ਗੱਲ ਹੈ। ਪੰਜਾਬੀ ਜ਼ੁਬਾਨ ਨੂੰ ਇਸ ਤੋਂ ਤਾਂ ਫਿਰ ਕੋਈ ਖਤਰਾ ਨਹੀਂ ਜਾਪਦਾ, ਕਿਉਂਕਿ ਜਦੋਂ ਤੌਹੀਦ ਚੱਠਾ ਅਤੇ ਹੋਲਾ ਚੀਮਾ ਦੀ ਇਹ ਨੌਜਵਾਨ ਜੋੜੀ ਲਹਿੰਦੇ ਪੰਜਾਬ ਵਿੱਚ ਲਾਇਲਪੁਰ ਵਿੱਚ ਬੈਠ ਕੇ ਏਡੇ ਵੱਡੇ ਵੱਡੇ ਯਤਨ ਕਰ ਰਹੀ ਹੈ ਪੰਜਾਬੀ ਲਈ, ਬਹੁਤ ਕੁਝ ਕਰ ਰਹੀ ਹੈ, ਤਾਂ ਵੀ ਫਿਰ ਵੀ ਇਹ ਇੱਕ ਮੇਰੇ ਮਨ 'ਚ ਖਦਸ਼ਾ ਹੈ ਕਿ ਇਸ ਵੇਲੇ ਕਾਰਪੋਰੇਟ ਸੰਸਾਰ ਜੋ ਸਾਰੀ ਦੁਨੀਆਂ ਨੂੰ ਆਪਣੇ ਗਲਬੇ ਹੇਠ ਲੈ ਰਿਹਾ ਹੈ, ਅਤੇ ਉਹਨੂੰ ਇੱਕ ਸਾਂਝੀ ਜ਼ੁਬਾਨ ਅੰਗਰੇਜ਼ੀ ਹੀ ਵਾਰਾ ਖਾਂਦੀ ਹੈ, ਅਤੇ ਕੀ ਕਾਰਪੋਰੇਟ ਸੰਸਾਰ ਤੋਂ ਖਤਰਾ ਆ ਰੁਜ਼ਗਾਰ ਦੇਣ ਦੇ ਨਾਂ 'ਤੇ? ਉਹ ਸਾਰੇ ਆਪਣੇ ਮੁਲਾਜ਼ਮਾਂ ਤੋਂ ਚਾਹੁੰਦੇ ਨੇ ਕਿ ਇੱਕ ਸਾਂਝੀ ਬੋਲੀ ਅੰਗਰੇਜ਼ੀ ਬੋਲੀ ਜਾਵੇ, ਜਾਂ ਜਿਸ ਤਰ੍ਹਾਂ ਭਾਰਤ ਵਿੱਚ ਇਹ ਮੰਨ ਲਿਆ ਜਾਂਦਾ ਕਿ ਪੰਜਾਬੀ ਨੂੰ ਹਿੰਦੀ ਤੋਂ ਖਤਰਾ ਹੈ, ਅਤੇ ਜਾਂ ਤੁਹਾਡੇ ਜਿਸ ਤਰ੍ਹਾਂ ਪਾਕਿਸਤਾਨ ਵਿੱਚ ਲਹਿੰਦੇ ਪੰਜਾਬ ਲਈ ਹੋਰ ਤਰ੍ਹਾਂ ਦੀਆਂ, ਇਸ ਤਰ੍ਹਾਂ ਦੀਆਂ ਹੋਰ ਤਰ੍ਹਾਂ ਦੀਆਂ ਮੁਸ਼ਕਲਾਂ ਨੇ, ਕੀ ਆਪਾਂ ਮੰਨ ਸਕਦੇ ਹਾਂ ਕਿ ਪੰਜਾਬੀ ਨੂੰ ਕੋਈ ਖਤਰਾ ਆ? ਹਾਂਜੀ, ਤੁਹਾਡਾ ਬਹੁਤ ਮਿਹਰਬਾਨੀ, ਤੁਸੀਂ ਐਡੇ ਚੰਗੇ ਸ਼ਬਦ ਬੋਲੇ ਮੇਰੇ ਵਾਸਤੇ, ਤੁਹੀਦ ਵਾਸਤੇ, ਤੇ ਸਾਡੇ ਕੰਮ ਦੇ ਹਵਾਲੇ ਨਾਲ ਨਾਲ ਸਪੈਸ਼ਲੀ ਤੁਸੀਂ ਪ੍ਰੋਗਰਾਮ ਕਰ ਰਹੇ ਹੋ, ਤੇ ਇਸ ਵਾਸਤੇ ਵੀ ਮੈਂ ਤੁਹਾਡਾ ਸ਼ੁਕਰਗੁਜ਼ਾਰ ਹਾਂ ਤੁਹਾਡੀ, ਕਿ ਤੁਸੀਂ ਇਹਨੂੰ ਹਾਈਲਾਈਟ ਕਰ ਰਹੇ ਹੋ, ਮਜ਼ੀਦ ਲੋਕਾਂ ਤੱਕ ਜਿਹੜਾ ਗੱਲ ਪਹੁੰਚੇਗੀ ਸਾਡੀ। ਤੇ ਪੰਜਾਬੀ ਜ਼ੁਬਾਨ ਦੇ ਹਵਾਲੇ ਨਾਲ ਦੇਖੋ ਜੀ, ਸਰਕਾਰੀ ਲੈਵਲ ਤੇ ਇੱਥੇ ਪਾਕਿਸਤਾਨ ਦੇ ਵਿੱਚ ਪੰਜਾਬੀ ਜ਼ੁਬਾਨ ਨੂੰ ਕਿਧਰੇ ਵੀ ਲਾਗੂ ਨਹੀਂ ਕੀਤਾ ਗਿਆ ਹਾਲੇ ਤੱਕ। ਹੁਣ ਆ ਕੇ ਥੋੜਾ ਥੋੜਾ ਲੱਗਦਾ ਪਿਆ ਕਿ ਜਿਵੇਂ ਸਰਕਾਰਾਂ ਦਾ ਕੋਈ ਇੰਟਰਸਟ ਜਿਹੜਾ ਇਹਦੇ ਵੱਲ ਡਿਵੈਲਪ ਹੋ ਰਿਹਾ ਵੇ, ਲੇਕਿਨ ਇਸ ਤੋਂ ਪਹਿਲੇ ਤੱਕ ਨਾ ਤੇ ਸਕੂਲਾਂ ਦੇ ਵਿੱਚ ਪੰਜਾਬੀ ਜ਼ੁਬਾਨ ਪੜ੍ਹਾਈ ਜਾਂਦੀ ਹੈ, ਤੇ ਨਾ ਹੀ ਕੋਈ ਮੀਡੀਅਮ ਆਫ ਇੰਸਟਰਕਸ਼ਨ ਕਿਸੇ ਵੀ ਲੈਵਲ ਤੇ ਇਹਨੂੰ ਰੱਖਿਆ ਗਿਆ ਹੈ। ਪੰਜਾਬੀ ਜ਼ੁਬਾਨ ਨੂੰ ਇਸ ਹਵਾਲੇ ਨਾਲ ਇੱਥੇ ਡਿਸਕ੍ਰੀਮੀਨੇਟ ਕੀਤਾ ਗਿਆ ਹਮੇਸ਼ਾ ਤੋਂ, ਜਦ ਕਿ ਸਾਡੇ ਇੱਥੇ ਹੈਬਰ ਪਖਤੂਨਹਾ ਵਿੱਚ ਜਾਂ ਸਿੰਧ ਵਿੱਚ ਜਾਂ ਬਲੋਚਿਸਤਾਨ ਦੇ ਵਿੱਚ ਜਿਹੜੀ ਪ੍ਰਾਇਮਰੀ ਐਜੂਕੇਸ਼ਨ ਹੈ ਉਹ ਉਹਨਾਂ ਦੀ ਮਦਰ ਟੰਗ ਦੇ ਵਿੱਚ ਹੈ। ਲੇਕਿਨ ਹੁਣ ਆ ਕੇ ਬਹੁਤ ਸਾਰੇ ਲੋਕ ਜਿਹੜੇ ਜਦੋਂ ਪੰਜਾਬੀ ਵਾਸਤੇ ਆਵਾਜ਼ ਉਠਾਉਣ ਲੱਗ ਗਏ ਨੇ, ਤੇ ਮੈਨੂੰ ਸਭ ਤੋਂ ਵੱਡੀ ਇਹ ਗੱਲ ਕਰਦਿਆਂ ਖੁਸ਼ੀ ਹੁੰਦੀ ਹੈ ਕਿ ਜਿਹੜਾ ਪੜ੍ਹਿਆ ਲਿਖਿਆ ਨੌਜਵਾਨ ਤਬਕਾ ਹੈ ਉਹਨੂੰ ਇਸ ਗੱਲ ਦਾ ਅਹਿਸਾਸ ਹੈ ਕਿ ਸਾਡੀ ਜਿਹੜੀ ਮਾਂ ਬੋਲੀ ਹੈ ਉਹਦੇ ਹਵਾਲੇ ਨਾਲ ਸਾਨੂੰ ਪਿੱਛੇ ਰੱਖਿਆ ਗਿਆ ਹੋਵੇ, ਤੇ ਉਹ ਨੌਜਵਾਨ ਤਬਕਾ ਜਦੋਂ ਅੱਗੇ ਆ ਕੇ ਹੁਣ ਗੱਲ ਕਰਨਾ ਸ਼ੁਰੂ ਹੋਇਆ, ਤੇ ਹੁਣ ਸਰਕਾਰਾਂ ਨੇ ਵੀ ਇਹਨੂੰ ਜਿਹੜਾ ਵੇ ਮੰਨਣਾ ਸ਼ੁਰੂ ਕਰ ਦਿੱਤਾ ਵੇ, ਕਿਸੇ ਹੱਦ ਤੱਕ ਸਾਨੂੰ ਲੱਗਦਾ ਵੇ ਕਿ ਕਿਸੇ ਨਾ ਕਿਸੇ ਲੈਵਲ ਤੇ ਹੁਣ ਅਸੀਂ ਇਹਨੂੰ ਲਾਗੂ ਕਰਾਉਣ 'ਚ ਕਾਮਯਾਬ ਹੋ ਜਾਵਾਂਗੇ। ਤੇ ਇਹਦੇ ਨਾਲ ਨਾਲ ਜਦੋਂ ਅਸੀਂ ਜਿਸ ਤਰ੍ਹਾਂ ਅਸੀਂ ਆਪਣਾ ਕੰਮ ਲਾਇਲਪੁਰ ਯੰਗ ਹਿਸਟੋਰੀਅਨ ਕਲੱਬ ਦਾ ਕਰਦੇ ਹਾਂ, ਤੇ ਉਹਦੇ ਵਿੱਚ ਮੈਂ ਦੇਖਦੀ ਹਾਂ ਕਿ ਬਹੁਤ ਸਾਰੇ ਲੋਕ ਜਿਹੜੇ ਨੇ ਉਹ ਨੌਜਵਾਨ ਲੋਕ ਜੁੜਦੇ ਨੇ ਸਾਡੇ ਨਾਲ ਆ ਕੇ, ਯਾਨੀ ਜਿਹੜੀ ਰੇਟਿੰਗ ਸਾਡੀ ਇੱਕ ਨਿਕਲਦੀ ਹੈ ਉਹਦੇ ਵਿੱਚ ਸਾਡੇ ਨਾਲ ਜੁੜੇ ਹੋਏ 60% ਲੋਕ ਜਿਹੜੇ ਨੇ ਉਹ ਯੰਗ ਲੋਕ ਨੇ ਜਿਹੜੇ ਸਾਡੇ ਪ੍ਰੋਗਰਾਮ ਵੇਖਦੇ ਨੇ ਜਾਂ ਸਾਡੇ ਨਾਲ ਗੱਲਬਾਤ ਕਰਦੇ ਨੇ। ਸੋ ਮੈਨੂੰ ਨਹੀਂ ਲੱਗਦਾ ਕਿ ਪੰਜਾਬੀ ਜ਼ੁਬਾਨ ਨੂੰ ਕੋਈ ਖਤਰਾ ਹੈ ਵੇ, ਮੈਨੂੰ ਲੱਗਦਾ ਕਿ ਯੰਗ ਜਨਰੇਸ਼ਨ ਹੁਣ ਦੁਬਾਰਾ ਆਪਣੀ ਮਾਂ ਬੋਲੀ ਵੱਲ ਵਾਪਸ ਆ ਰਹੀ ਹੈ, ਤੇ ਜਿਹੜਾ ਖਾਸ ਤੌਰ ਤੇ ਪੜ੍ਹਿਆ ਲਿਖਿਆ ਤਬਕਾ ਵੇ ਉਹ ਦੁਬਾਰਾ ਵਾਪਸ ਆ ਰਿਹਾ, ਜਿਹੜਾ ਜਿਹੜਾ ਜਿਸ ਤਰ੍ਹਾਂ ਅਸੀਂ ਵੇਖਦੇ ਹਾਂ ਕਿ ਅੱਜ ਤੋਂ ਕੁਛ ਸਾਲ ਪਹਿਲਾਂ ਤੱਕ ਲੋਕ ਇਹਨੂੰ ਛੱਡਦੇ ਜਾ ਰਹੇ ਸਨ ਕਿ ਉਰਦੂ ਜ਼ਿਆਦਾ ਬੋਲਦੇ ਸਨ ਆਪਣੇ ਬੱਚਿਆਂ ਨਾਲ ਵੀ ਤੇ ਅੰਗਰੇਜ਼ੀ ਬੋਲਦੇ ਸਨ, ਤੇ ਹੁਣ ਜਿਹੜਾ ਨਾ ਹੁਣ ਇਸ ਗੱਲ ਦਾ ਅਹਿਸਾਸ ਹੋ ਗਿਆ ਕਿ ਮਾਂ ਬੋਲੀ ਨੂੰ ਨਾਲ ਰੱਖਣਾ ਸਾਨੂੰ ਚਾਹੀਦਾ ਹੈ, ਸਾਨੂੰ ਉਹਨੂੰ ਨਾਲ ਲੈ ਕੇ ਤੁਰਨਾ ਚਾਹੀਦਾ। ਸੋ ਉਹ ਜਿਹੜਾ ਵੇ ਉਹ ਹੋ ਰਿਹਾ ਵੇ। ਸੋ ਮੈਨੂੰ ਨਹੀਂ ਲੱਗਦਾ ਕਿ ਪੰਜਾਬੀ ਨੂੰ ਕੋਈ ਖਤਰਾ ਹੈ। ਸਾਡੇ ਮੇਲੇ ਦੇ ਵਿੱਚ ਬਹੁਤ ਵੱਡੀ ਤਾਦਾਦ ਦੇ ਵਿੱਚ ਨੌਜਵਾਨ ਬੱਚੇ ਜਿਹੜੇ ਨੇ ਉਹ ਸ਼ਾਮਿਲ ਹੁੰਦੇ ਨੇ। ਉਹਦੇ ਦੋ ਦਿਨ ਅਸੀਂ ਦੋ ਦਿਨ ਕਰਦੇ ਹਾਂ, ਪਹਿਲਾ ਦਿਨ ਜਿਹੜਾ ਉਹ ਕਲਚਰਲ ਐਕਟੀਵਿਟੀਜ਼ ਦਾ ਹੁੰਦਾ, ਤੇ ਦੂਸਰਾ ਦਿਨ ਜਿਹੜਾ ਉਹ ਅਕੈਡੈਮਿਕ ਐਕਟੀਵਿਟੀਜ਼ ਦਾ ਹੁੰਦਾ ਜਿਹਦੇ ਵਿੱਚ ਡਿਫਰੈਂਟ ਸੈਸ਼ਨਸ ਹੁੰਦੇ ਨੇ। ਤੇ ਹੁਣ ਇਹ ਕੋਵਿਡ ਦਾ ਕਰਕੇ ਜਦੋਂ ਚੀਜ਼ਾਂ ਆਨਲਾਈਨ ਹੋਈਆਂ ਤੇ ਉਦੋਂ ਬਹੁਤ ਵੱਡੇ ਤਾਦਾਦ ਵਿੱਚ ਲੋਕ ਸਾਡੇ ਨਾਲ ਜੁੜੇ, ਤੇ ਸਾਡਾ ਪਿਛਲਾ ਜਿਹੜਾ ਲਿਟਰੇਰੀ ਫੈਸਟੀਵਲ ਸੀ ਉਹ ਵੀ ਆਨਲਾਈਨ ਹੋਇਆ, ਤੇ ਇਸ ਦਫ਼ਾ ਅਸੀਂ ਫਿਜ਼ੀਕਲ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਜੇ ਕੋਵਿਡ ਦੀ ਵਜ੍ਹਾ ਤੋਂ ਕੋਈ ਨਾ ਪਰੇਸ਼ਾਨੀ ਹੋਈ ਤੇ ਅਸੀਂ ਉਹਨੂੰ ਫਿਜ਼ੀਕਲ ਕਰਾਂਗੇ, ਲੇਕਿਨ ਨਾਲ ਦੇ ਨਾਲ ਅਸੀਂ ਉਹਨੂੰ ਆਨਲਾਈਨ ਵੀ ਜਿਹੜਾ ਵੇ ਉਹ ਕਰਾਂਗੇ। ਸੋ ਪੰਜਾਬੀ ਨੂੰ ਕੋਈ ਖਤਰਾ ਨਹੀਂ, ਕਿਉਂਕਿ ਉਹਦੇ ਹੁਣ ਨਵੀਆਂ ਪੰਜਾਬੀ ਜਿਹੜੀ ਅਗਲੀ ਜਨਰੇਸ਼ਨ ਨੇ ਉਹ ਉਹਦੇ ਨਾਲ ਜੁੜ ਗਈਆਂ ਨੇ। ਫਿਰ ਤੁਸੀਂ ਦੇਖੋ ਕੈਨੇਡਾ ਦੇ ਵਿੱਚ ਜਿਹੜੀ ਉਹ ਪੰਜਾਬੀ ਸਰਕਾਰੀ ਜ਼ੁਬਾਨ ਦੇ ਤੌਰ ਤੇ ਵੇ ਡਾਇਸਪੋਰਾ ਜਿੱਥੇ ਜਿੱਥੇ ਬੈਠਾ ਵੇ ਉਹ ਆਪਣੀ ਜ਼ੁਬਾਨ ਦੇ ਨਾਲ ਜੁੜਿਆ ਹੋਇਆ ਵੇ। ਪਾਕਿਸਤਾਨ ਵਾਲੇ ਸਾਈਡ ਤੇ ਜਿਹੜਾ ਪੰਜਾਬ ਹੈ ਇੱਥੇ ਬਹੁਤ ਵੱਡੀ ਤਾਦਾਦ ਵਿੱਚ ਲੋਕ ਜਿਹੜੇ ਨੇ ਉਹ ਪੰਜਾਬੀ, ਸਾਡੇ ਇੱਥੇ ਉਰਦੂ ਦੇ ਵੀ ਘੱਟ ਲਫ਼ਜ਼ ਵਿੱਚ ਸ਼ਾਮਿਲ ਹੋਏ ਨੇ। ਸੋ ਮੈਂ ਕਦੀ ਕਦੀ ਕੁਛ ਲੋਕ ਜਿਹੜੇ ਪੰਜਾਬੀ ਦੇ ਨੇ ਉਹਨਾਂ ਦੀ ਪੰਜਾਬੀ ਸੁਣਨੀ ਆ ਨਾ, ਜਿਹਦੇ ਵਿੱਚ ਹਿੰਦੀ ਦੇ ਬਹੁਤ ਸਾਰੇ ਲਫ਼ਜ਼ ਰਲ ਗਏ ਹੁੰਦੇ ਨੇ, ਤੇ ਮੈਨੂੰ ਥੋੜਾ ਜਿਹਾ ਅਫਸੋਸ ਵੀ ਹੁੰਦਾ ਵੇ
ਲੇਕਿਨ ਅਸੀਂ ਉਹ ਉਸ ਸਾਰੀ ਚੀਜ਼ ਚੋਂ ਕੱਢਣ ਨਿਕਲਣ ਦੀ ਕੋਸ਼ਿਸ਼ ਕਰ ਰਹੇ ਹਾਂ, ਬੀਂਗ ਪੰਜਾਬੀ ਸਾਰੀ ਕਮਿਊਨਿਟੀ ਹੀ ਉਸ ਵਿੱਚ ਨਿਕਲਣ ਦੀ ਹੁਣ ਕੋਸ਼ਿਸ਼ ਕਰ ਰਹੀ ਹੈ, ਕਿਉਂਕਿ ਹੁਣ ਰਿਅਲਾਈਜ਼ ਹੋ ਗਿਆ ਕਿ ਸਾਨੂੰ ਇਹ ਕਰਨਾ ਪਏਗਾ। ਹੋਲਾ, ਤੁਸੀਂ ਬਹੁਤ ਵੱਡੇ ਵੱਡੇ ਦੋਵੇਂ ਰਲ ਕੇ ਉਪਰਾਲੇ ਕਰ ਰਹੇ ਹੋ ਪੰਜਾਬੀ ਜ਼ੁਬਾਨ ਲਈ, ਤੇ ਤੁਸੀਂ ਜਿਹੜਾ ਇਹ ਫਰਵਰੀ ਦੇ ਮਹੀਨੇ ਇੱਕ ਲਿਟਰੇਰੀ ਫੈਸਟੀਵਲ ਕਰਵਾਉਂਦੇ ਹੋ, ਤੇ ਕੋਵਿਡ ਦੇ ਦਿਨਾਂ ਵਿੱਚ ਖਾਸ ਤੌਰ ਤੇ ਹੁਣ ਜਦੋਂ ਤੁਹਾਨੂੰ ਇਹ ਪਿਛਲੀ ਵਾਰ ਆਨਲਾਈਨ ਕਰਵਾਉਣਾ ਪਿਆ, ਤੇ ਤੁਸੀਂ ਕਹਿ ਰਹੇ ਹੋ ਕਿ ਸੁਲੇਖ ਮੁਕਾਬਲੇ ਤੇ ਲੈਂਦੇ ਚੜ੍ਹਦੇ ਪੰਜਾਬ ਨੂੰ ਵੀ ਆਪਣੇ ਨਾਲ ਜੋੜਿਆ ਸੀ ਤੁਸੀਂ, ਤੇ ਮੈਂ ਇਹ ਜਾਣਨਾ ਚਾਹੁੰਦੀ ਹਾਂ ਕਿ ਚੜ੍ਹਦੇ ਪੰਜਾਬ ਦੀ ਸਾਡੀ ਆਪਣੀ ਜਿਹੜੀ ਸਕ੍ਰਿਪਟ ਹੈ ਉਹ ਤੇ ਗੁਰਮੁਖੀ ਹੈ ਤੇ ਤੁਹਾਡੇ ਸ਼ਾਹਮੁਖੀ ਹੈ, ਫਿਰ ਇਸ ਤਰ੍ਹਾਂ ਦੋਵੇਂ ਪੰਜਾਬਾਂ ਨੂੰ ਕਿਸ ਤਰ੍ਹਾਂ ਜੋੜਿਆ ਸੀ, ਜਾਂ ਆਉਂਦੇ ਫਰਵਰੀ ਵਿੱਚ, ਆਉਂਦੀ ਫਰਵਰੀ ਨੂੰ ਵੀ ਕੋਈ ਮੇਰਾ ਖਿਆਲ ਹੈ ਆਉਣ ਜਾਣ ਹਾਲੇ ਖੁੱਲਦਾ ਨਹੀਂ ਲੱਗਦਾ, ਜਿਸ ਤਰ੍ਹਾਂ ਕਿ ਓਮੀਕਰੋਨ ਦਾ ਅਗਲਾ ਵੇਰੀਐਂਟ ਆ ਗਿਆ ਇਹ ਕੋਵਿਡ ਦਾ, ਤਾਂ ਇਹ ਖਤਰਾ ਹਲੇ ਵੀ ਬਰਕਰਾਰ ਹੈ ਕਿ ਆਉਣਾ ਜਾਣਾ ਹਲੇ ਵੀ ਬਹੁਤਾ ਸੁਖਾਲਾ ਨਹੀਂ ਹੋ ਰਿਹਾ, ਤੇ ਫਿਰ ਇਹ ਕਿਵੇਂ ਜੋੜੋਗੇ ਤੁਸੀਂ ਸਾਰੇ ਕੁਝ ਨੂੰ ਆਪਸ ਵਿੱਚ ਜਦੋਂ ਕਿ ਸਾਡੀਆਂ ਸਕ੍ਰਿਪਟਾਂ ਵੱਖਰੀਆਂ ਨੇ? ਜੀ ਜੀ ਹਾਂਜੀ ਹਾਂਜੀ ਬਿਲਕੁਲ। ਅੱਛਾ, ਇਹਦੇ ਵਿੱਚ ਇਹ ਸੀ ਕਿ ਹੁਣ ਤੱਕ ਤੇ ਚੁੱਕੇ ਅਸੀਂ ਚੜ੍ਹਦੇ ਪੰਜਾਬ ਨੂੰ ਇਸ ਨਹੀਂ ਕਰ ਸਕੇ ਸ਼ਾਮਿਲ ਕਿ ਸਾਡੇ ਇੱਥੇ ਵੀਜ਼ਿਆਂ ਦੇ ਜਿਹੜੇ ਰੋਲੇ ਨੇ ਸਰਕਾਰਾਂ ਕਰਕੇ, ਤੇ ਉਹਦੀ ਵਜ੍ਹਾ ਤੋਂ ਲੋਕ ਸ਼ਾਮਿਲ ਨਹੀਂ ਸਨ ਹੋ ਸਕਦੇ। ਲੇਕਿਨ ਜਦੋਂ ਪਿਛਲੇ ਸਾਲ ਆਨਲਾਈਨ ਹੋਇਆ ਤੇ ਆਨਲਾਈਨ ਹੋਣ ਦੀ ਵਜ੍ਹਾ ਤੋਂ ਉਹਨੇ ਸਾਰੇ ਬਾਰਡਰ ਜਿਹੜੇ ਨੇ ਉਹ ਖਤਮ ਕਰ ਦਿੱਤੇ, ਤੇ ਸਾਡੇ ਨਾਲ ਚੜ੍ਹਦੇ ਪੰਜਾਬ ਤੋਂ ਵੀ ਸਪੀਕਰ ਮੌਜੂਦ ਸਨ, ਲੋਕ ਮੌਜੂਦ ਸਨ ਜਿਨ੍ਹਾਂ ਨੇ ਆਨਲਾਈਨ ਸਾਰਾ ਨਾ ਸਿਰਫ ਡਿਸਕਸ਼ਨ ਦੇ ਵਿੱਚ ਸ਼ਾਮਿਲ ਹੋਏ ਬਲਕਿ ਬਹੁਤ ਸਾਰੇ ਜਿਹੜੇ ਵਿਊਅਰ ਸਨ ਉਹ ਵੀ ਆਨਲਾਈਨ ਸਾਡੇ ਨਾਲ ਬੈਠੇ ਹੋਏ ਸਨ। ਤੇ ਇਸ ਦਫ਼ਾ ਵੀ ਅਸੀਂ ਚੜ੍ਹਦੇ ਪੰਜਾਬ ਤੋਂ ਸਪੀਕਰ ਲਵਾਂਗੇ ਜਿਨ੍ਹਾਂ ਨੂੰ ਅਸੀਂ ਆਨਲਾਈਨ ਵਿੱਚ ਸ਼ਾਮਿਲ ਕਰਾਂਗੇ, ਜੇ ਸਾਡਾ ਪੰਜਾਬੀ ਸੁਲੇਖ ਮੇਲਾ ਫਿਜ਼ੀਕਲ ਵੀ ਹੁੰਦਾ ਵੇ ਤੇ ਵੀ ਅਸੀਂ ਆਨਲਾਈਨ ਚੜ੍ਹਦੇ ਪੰਜਾਬ ਦੇ ਸਪੀਕਰ ਨੂੰ ਉਹਦੇ ਵਿੱਚ ਨਾਲ ਰਲਾਵਾਂਗੇ। ਤੇ ਨਾਲ ਦੇ ਨਾਲ ਜਿਹੜੀ ਗੁਰਮੁਖ ਦੇ ਹਵਾਲੇ ਨਾਲ ਤੇ ਸਕ੍ਰਿਪਟ ਦੇ ਹਵਾਲੇ ਨਾਲ ਤੁਸੀਂ ਗੱਲ ਕੀਤੀ, ਤੇ ਹੁਣ ਅਸੀਂ ਦੇਖੋ ਇਹ ਜਿਹੜਾ ਆਡੀਓ ਵਿਜੁਅਲ ਇੱਕ ਵੇ ਉਹਨੇ ਸਕ੍ਰਿਪਟ ਦਾ ਰੋਲਾ ਬੜੀ ਹੱਦ ਤੱਕ ਖਤਮ ਕਰ ਦਿੱਤਾ ਵੇ, ਲੇਕਿਨ ਮੈਂ ਜਿਹੜਾ ਵੀ ਇਸ ਗੱਲ ਦੀ ਬੜੀ ਹਾਮੀ ਹਾਂ ਕਿ ਸਾਨੂੰ ਦੋਵੇਂ ਸਕ੍ਰਿਪਟ ਸਿੱਖਣੇ ਚਾਹੀਦੇ ਨੇ। ਜਦੋਂ ਅਸੀਂ 3-4 ਲੈਂਗੁਏਜਿਸ ਸਿੱਖ ਸਕਦੇ ਹਾਂ, ਅਸੀਂ ਅੰਗਰੇਜ਼ੀ ਸਿੱਖ ਸਕਦੇ ਹਾਂ, ਉਰਦੂ ਸਿੱਖ ਸਕਦੇ ਹਾਂ, ਪੰਜਾਬੀ ਸਿੱਖ ਸਕਦੇ ਹਾਂ, ਤੇ ਅਸੀਂ ਦੋ ਸਕ੍ਰਿਪਟ ਇੱਕ ਜ਼ਬਾਨ ਦੇ ਕਿਉਂ ਨਹੀਂ ਸਿੱਖ ਸਕਦੇ? ਸੋ ਮੈਂ ਬਿਲਕੁਲ ਇਹ ਜਿਹੜੀ ਅਕਸਰ ਇਹ ਡਿਬੇਟ ਵੀ ਹੁੰਦੀ ਹੈ ਕਿ ਜੀ ਗੁਰਮੁਖੀ ਸਕ੍ਰਿਪਟ ਹੋਣਾ ਚਾਹੀਦਾ ਹੈ ਕਿ ਸ਼ਾਹਮੁਖੀ ਹੋਣਾ ਚਾਹੀਦਾ ਹੈ, ਕਿ ਦੋਵਾਂ ਜ਼ਬਾਨਾਂ ਦੇ ਵਿੱਚ ਕੋਈ ਵੀ ਮੈਗਜ਼ੀਨ ਛਪੇ, ਕੋਈ ਕਿਤਾਬ ਛਪੇ, ਉਹਨੂੰ ਦੋਵਾਂ ਜ਼ਬਾਨ ਦੋਵਾਂ ਸਕ੍ਰਿਪਟ ਵਿੱਚ ਹੋਣਾ ਚਾਹੀਦਾ। ਤੇ ਮੈਂ ਹਮੇਸ਼ਾ ਇਸ ਗੱਲ ਦੀ ਹਾਮੀ ਰਹੀ ਹਾਂ ਕਿ ਤੁਸੀਂ ਦੋਵੇਂ ਸਕ੍ਰਿਪਟ ਜਿਹੜੇ ਨੇ ਉਹ ਸਿੱਖ ਲਵੋ, ਇਹ ਕੋਈ ਏਡੀ ਵੱਡੀ ਗੱਲ ਨਹੀਂ ਹੈ। ਗ੍ਰਾਮਰ ਸੇਮ ਹੈ, ਵੋਕੈਬਲਰੀ ਸੇਮ ਹੈ, ਤੇ ਉਹ ਸਕ੍ਰਿਪਟ ਸਿੱਖਣਾ ਕੋਈ ਏਡਾ ਵੱਡਾ ਮਸਲਾ ਨਹੀਂ ਹੈ। ਸੋ ਮੇਰਾ ਖਿਆਲ ਹੈ ਕਿ ਸਾਡੇ ਬਹੁਤ ਸਾਰੇ ਐਸੇ ਵਿਦਵਾਨ ਮੌਜੂਦ ਨੇ ਜਿਨ੍ਹਾਂ ਨੇ ਦੋਵੇਂ ਸਕ੍ਰਿਪਟ ਸਿੱਖੇ ਹੋਏ ਨੇ, ਤੇ ਉਹਨਾਂ ਵਾਸਤੇ ਕੋਈ ਐਸਾ ਮਸਲਾ ਨਹੀਂ ਹੈ। ਸੋ ਮੈਂ ਇਨਕਰੇਜ ਕਰਨੀ ਆ ਆਪਣੇ ਦੋਸਤਾਂ ਨੂੰ ਵੀ, ਸਾਥੀਆਂ ਨੂੰ ਵੀ, ਕਿ ਉਹ ਜਿਹੜਾ ਦੋਵੇਂ ਸਕ੍ਰਿਪਟ ਸਿੱਖਣ। ਹਾਂਜੀ, ਜਿਸ ਤਰ੍ਹਾਂ ਤੁਸੀਂ ਗੁਰਮੁਖੀ ਸਿੱਖੀ ਹੈ ਜਾਂ ਜਿਹੜੇ ਲਹਿੰਦੇ ਪੰਜਾਬ ਵਿੱਚ ਪੰਜਾਬੀ ਨੂੰ ਜ਼ੁਬਾਨ ਨੂੰ ਪਿਆਰ ਕਰਨ ਵਾਲੇ ਨੇ ਉਹ ਵੀ ਗੁਰਮੁਖੀ ਸਿੱਖ ਰਹੇ ਨੇ, ਬਹੁਤ ਸਾਰੇ ਲੋਕ ਬਣਿਆਂ ਨੇ ਸਿੱਖੀ ਹੈ, ਤੇ ਅਸੀਂ ਵੀ ਚਾਹਾਂਗੇ ਕਿ ਇੱਧਰ ਲੋਕ ਸ਼ਾਹਮੁਖੀ ਸਿੱਖ ਲੈਣ, ਚੜ੍ਹਦੇ ਪੰਜਾਬ ਦੇ ਲੋਕ ਤੇ ਤੀਜੇ ਪੰਜਾਬ ਦੇ ਲੋਕਾਂ ਨੂੰ ਦੋਵੇਂ ਸਕ੍ਰਿਪਟਾਂ ਸਿੱਖਣੀਆਂ ਪੈਣਗੀਆਂ, ਲਿਖਣੀਆਂ ਆਉਣੀਆਂ ਚਾਹੀਦੀਆਂ ਨੇ, ਪੜ੍ਹਨੀਆਂ ਆਉਣੀਆਂ ਚਾਹੀਦੀਆਂ ਨੇ, ਅਸੀਂ ਯਤਨ ਕਰਾਂਗੇ ਸਾਰੇ ਜਣੇ। ਤੇ ਪਰ ਮੈਂ ਇਹ ਸਵਾਲ ਮੇਰਾ ਹੈਗਾ ਕਿ ਤੁਸੀਂ ਪੰਜਾਬੀ ਲਈ ਇੰਨੇ ਉਪਰਾਲੇ ਕਰ ਰਹੇ ਹੋ, ਇਤਿਹਾਸਕਾਰ ਹੁੰਦਿਆਂ ਵੀ, ਦੋਵੇਂ ਤੁਸੀਂ ਇਤਿਹਾਸਕਾਰ ਹੋ, ਤੁਸੀਂ ਤੇ ਤੁਹਾਡਾ ਪਤੀ, ਤੇ ਫਿਰ ਵੀ ਤੁਸੀਂ ਪੰਜਾਬੀ ਜ਼ੁਬਾਨ ਲਈ ਮਿੱਥ ਕੇ ਕੰਮ ਕਰ ਰਹੇ ਹੋ, ਤੈਅ ਕਰਕੇ ਕੰਮ ਕਰ ਰਹੇ ਹੋ ਬੜੇ ਨੇਕ ਇਰਾਦੇ ਨਾਲ, ਤੇ ਮੇਰਾ ਇਹ ਸਵਾਲ ਬਣਦਾ ਕਿ ਤੁਸੀਂ ਇਸ ਦੌਰ ਵਿੱਚ ਇਸ ਆਪਣੇ ਪ੍ਰੋਗਰਾਮ ਨੂੰ ਜਾਂ ਆਪਣੇ ਤਹੀਏ ਨੂੰ ਕਿਸ ਮੁਕਾਮ ਤੱਕ ਲਿਜਾਣਾ ਚਾਹੁੰਦੇ ਹੋ? ਤੁਸੀਂ ਆਪਣੀ ਮੰਜ਼ਿਲ ਕਿਸ ਕਿਸਮ ਦੀ ਸੋਚੀ ਹੈ ਕਿ ਤੁਸੀਂ ਅਸੀਂ ਇਸ ਮੁਕਾਮ ਤੱਕ ਪਹੁੰਚਣਾ ਚਾਹੁੰਦੇ ਹਾਂ ਆਪਣੇ ਪ੍ਰੋਗਰਾਮ ਨੂੰ ਲੈ ਕੇ? ਇਹਦੇ ਵਿੱਚ ਇੱਕ ਤੇ ਮੈਂ ਜਿਸ ਤਰ੍ਹਾਂ ਆਪਣੇ ਪੰਜਾਬ ਸਟੱਡੀਜ਼ ਦੇ ਇੰਸਟੀਟਿਊਟ ਦੀ ਗੱਲ ਕੀਤੀ, ਇੱਕ ਤੇ ਅਸੀਂ ਚਾਹੁੰਦੇ ਹਾਂ ਕਿ ਅਸੀਂ ਉਹ ਇੰਸਟੀਟਿਊਟ ਜਿਹੜਾ ਨਾ ਉਹਨੂੰ ਜਲਦ ਅਜ਼ ਜਲਦ ਜਿਹੜਾ ਵੀ ਉਹ ਇਸਟੈਬਲਿਸ਼ ਕਰ ਲਈਏ, ਉਹਨੂੰ ਬਣਾਈਏ ਜਿਹਦੇ ਵਿੱਚ ਆ ਕੇ ਪੂਰੀ ਦੁਨੀਆ ਤੋਂ ਜਿੰਨੇ ਲੋਕ ਨੇ ਪੰਜਾਬ ਸਟੱਡੀਜ਼ ਦੇ ਹਵਾਲੇ ਨਾਲ ਜਾਂ ਹਿਸਟਰੀ ਦੇ ਹਵਾਲੇ ਨਾਲ ਪੰਜਾਬ ਦੀ ਜਿਹੜੇ ਕੰਮ ਕਰਨਾ ਚਾਹੁੰਦੇ ਨੇ, ਉਹ ਰਿਸਰਚਰਸ, ਉਹ ਸਟੂਡੈਂਟਸ ਉਸ ਇੰਸਟੀਟਿਊਟ ਦੇ ਵਿੱਚ ਆ ਕੇ ਪੰਜਾਬੀ ਜ਼ੁਬਾਨ ਦੇ ਵਿੱਚ ਜਿਹੜਾ ਵੀ ਉਹ ਰਿਸਰਚ ਦੀਆਂ ਡਿਗਰੀਆਂ ਜਾਂ ਰਿਸਰਚ ਦੇ ਡਿਪਲੋਮਾਸ ਜਿਹੜੇ ਨੇ ਉਹ ਆਪਣੇ ਕਰਨ, ਆਪਣੀ ਰਿਸਰਚ ਉਹਦੇ ਵਿੱਚ ਕਰਨ। ਸੋ ਤੇ ਉਹਦੇ ਵਿੱਚ ਅਸੀਂ ਤਿੰਨੇ ਪੰਜਾਬ ਜਿਹੜੇ ਨੇ ਉਹਨਾਂ ਨੂੰ ਇਕੱਠਿਆਂ ਜੋੜ ਸਕੀਏ, ਤਿੰਨੇ ਪੰਜਾਬ ਦੇ ਡਿਫਰੈਂਟ ਸਕਾਲਰਸ ਜਿਹੜੇ ਨੇ ਉਸ ਇੰਸਟੀਟਿਊਟ ਦੇ ਵਿੱਚ ਕੰਮ ਕਰਦੇ ਹੋਣ, ਇੱਕ ਤੇ ਅਸੀਂ ਇਹ ਚਾਹੁੰਦੇ ਹਾਂ। ਦੂਸਰਾ, ਟਰਮੀਨੋਲੋਜੀ ਦੇ ਹਵਾਲੇ ਨਾਲ ਜਿਸ ਤਰ੍ਹਾਂ ਮੈਂ ਜ਼ਿਕਰ ਕੀਤਾ ਕਿ ਅਸੀਂ ਚਾਹੁੰਦੇ ਹਾਂ ਕਿ ਜਿਹੜੀ ਟਰਮੀਨੋਲੋਜੀ ਪੰਜਾਬੀ ਦੇ ਜਿਹੜੀ ਟਰਮੀਨੋਲੋਜੀ ਨੂੰ ਅੰਗਰੇਜ਼ੀ ਕਰਕੇ ਲਿਖਿਆ ਜਾਂਦਾ ਵੇ ਡਿਫਰੈਂਟ ਰਿਸਰਚ ਦੇ ਵਿੱਚ, ਅਸੀਂ ਚਾਹੁੰਦੇ ਹਾਂ ਕਿ ਉਹਨੂੰ ਪੰਜਾਬੀ ਦੇ ਵਿੱਚ ਵੀ ਲਿਖਿਆ ਜਾਏ।
ਯਾਨੀ ਕਿ ਜੇ ਕਿਸੇ ਨੇ ਕੋਈ ਵਰਡ, ਜੇ ਕਿਸੇ ਨੇ ਸੂਫੀ ਲਫ਼ਜ਼ ਲਿਖਣਾ ਵੇ ਆਪਣੀ ਰਿਸਰਚ ਦੇ ਵਿੱਚ ਅੰਗਰੇਜ਼ੀ ਲਿਖਦਿਆਂ ਹੋਇਆ, ਤੇ ਉਹ ਉਹਨੂੰ ਸੂਫੀ ਜਾਂ ਜੋਗੀ ਜੋਗੀ ਲਿਖਣਾ, ਤੇ ਜੋਗੀ ਲਿਖੇ ਨਾ ਉਹਨੂੰ ਸੇਂਟ ਟ੍ਰਾਂਸਲੇਟ ਕਰਕੇ ਨਾ ਲਿਖੇ। ਅਸੀਂ ਚਾਹੁੰਦੇ ਹਾਂ ਕਿ ਜਿਹੜੀ ਪੰਜਾਬੀ ਦੀ ਟਰਮੀਨੋਲੋਜੀ ਹੈ ਨਾ, ਉਹਦੇ ਵਿੱਚ ਇੱਕ ਤੇ ਪੰਜਾਬੀ ਦੇ ਲਫ਼ਜ਼ ਜਿਹੜੇ ਨੇ ਉਹ ਜਿਹੜਾ ਵੀ ਪੰਜਾਬ ਤੇ ਕੰਮ ਕਰੇ ਉਹ ਉਸ ਟਰਮੀਨੋਲੋਜੀ ਦਾ ਹਿੱਸਾ ਬਣ ਜਾਣ। ਦੂਸਰਾ, ਅਸੀਂ ਚਾਹੁੰਦੇ ਹਾਂ ਕਿ ਜਿਹੜਾ ਜਿਹੜੀ ਹਿਸਟਰੀ ਦੇ ਵਿੱਚ ਜਿਹੜਾ ਹਿਸਟਰੀ ਹੈ ਉਹਨੂੰ ਡੀਕਲੋਨਾਈਜ਼ ਕੀਤਾ ਜਾਵੇ, ਤੇ ਉਹਦੇ ਵਿੱਚ ਸਾਨੂੰ ਇਹ ਜਿਹੜੀ ਤਾਰੀਖ ਜਿਹੜੀ ਪੜ੍ਹਾਈ ਜਾਂਦੀ ਹੈ ਕਿ ਰਿਲੀਜੀਅਸ ਬੇਸਿਸ ਤੇ ਡਿਵਾਈਡ ਕਰਕੇ ਪੰਜਾਬ ਨੂੰ, ਅਸੀਂ ਉਸ ਡਿਵੀਜ਼ਨ ਨੂੰ ਖਤਮ ਕਰਦਿਆਂ ਹੋਇਆਂ ਪੰਜਾਬ ਦੀ ਤਾਰੀਖ ਨੂੰ ਸਾਂਝੀ ਤਾਰੀਖ ਦੇ ਤੌਰ ਤੇ ਪੜ੍ਹਨਾ ਚਾਹੁੰਦੇ ਹਾਂ ਤੇ ਪੜ੍ਹਾਉਣਾ ਚਾਹੁੰਦੇ ਹਾਂ, ਤੇ ਆਪਣੀ ਅਗਲੀ ਜਿਹੜੀ ਜਨਰੇਸ਼ਨ ਹੈ ਉਹਦੇ ਤੱਕ ਉਹਨੂੰ ਅਪਣਾਉਣਾ ਚਾਹੁੰਦੇ ਹਾਂ। ਹਾਂ, ਇਹ ਗੱਲ, ਅਗਲੀ ਗੱਲ ਮੇਰੀ ਮੇਰੀ ਸਿਰਫ ਤੁਹਾਡੇ ਨਾਲ ਹੀ ਕਰਨੀ ਬਣਦੀ ਹੈ ਹੋਲਾ, ਕਿਉਂਕਿ ਇਹ ਗੱਲ ਹੋਰ ਕਿਸੇ ਨਾਲ ਮੇਰੇ ਖਿਆਲ ਸਾਂਝੀ ਹੋ ਹੀ ਨਹੀਂ ਸੀ ਸਕਦੀ ਹੁਣ ਤੱਕ ਮਾਂ ਬੋਲੀ ਦੇ ਮਾਣ ਜਿੰਨੇ ਅਸੀਂ ਪ੍ਰੋਗਰਾਮ ਕੀਤੇ ਨੇ ਟੀਵੀ ਪੰਜਾਬ ਲਈ। ਉਹ ਇਹ ਹੈ ਕਿ ਸਾਡੇ ਦੋਵੇਂ ਪੰਜਾਬਾਂ ਦੇ ਵਿਚਕਾਰ ਵਾਗੇ ਦੀ ਲਕੀਰ ਹੈ ਤੇ ਇਹ ਰਹਿਣੀ ਹੋਈ ਹੈ, ਤੇ ਮੇਰਾ ਖਿਆਲ ਇਹਨੂੰ ਸਵੀਕਾਰ ਕਰਦਿਆਂ ਸਾਨੂੰ ਆਪਣਾ ਮੋਹ ਮੁਹੱਬਤ ਸਵੀਕਾਰਨਾ ਚਾਹੀਦਾ। ਅਸੀਂ ਦੋਵੇਂ ਇੱਕੋ ਹੀ ਆ, ਚੜ੍ਹਦਾ ਲੈਂਦਾ ਪੰਜਾਬ, ਤੇ ਤੁਸੀਂ ਤਾਂ ਤੀਜੇ ਪੰਜਾਬ ਨੂੰ ਵੀ ਕਲਾਵੇ ਚ ਲਿਆ, ਇੱਕ ਬਹੁਤ ਖੂਬਸੂਰਤ ਤਿਕੋਣ ਤੁਸੀਂ ਸਿਰਜੀ ਹੈ, ਤੇ ਉਹ ਵੀ ਕੋਵਿਡ ਦੇ ਸਮਿਆਂ ਵਿੱਚ ਜਦੋਂ ਅਸੀਂ ਬਿਲਕੁਲ ਹੀ ਇੱਕ ਦੂਜੇ ਨਾਲੋਂ ਟੁੱਟ ਗਏ ਸਾਂ, ਇਕੱਲੇ ਹੋ ਗਏ ਸਾਂ, ਸੋਸ਼ਲ ਡਿਸਟੈਂਸਿੰਗ ਜਾਂ ਮੌਤ ਦਾ ਖੌਫ ਇੰਨਾ ਸੀ, ਤਾਂ ਤਕਨੋਲੋਜੀ ਜਿਹੜੀ ਮਾਂ ਬੋਲੀਆਂ ਦੀ ਭਾਸ਼ਾਵਾਂ ਦੀ ਦੁਸ਼ਮਣ ਬਣੀ ਹੋਈ ਹੈ, ਕਿਉਂਕਿ ਤਕਨੋਲੋਜੀ ਨੂੰ ਫਿਰ ਇੱਕੋ ਹੀ ਭਾਸ਼ਾ, ਸਾਂਝੀ ਭਾਸ਼ਾ ਵਾਰਾ ਖਾਂਦੀ ਹੈ, ਅੰਗਰੇਜ਼ੀ। ਤਾਂ ਉਸ ਦੌਰ ਵਿੱਚ ਤੁਸੀਂ ਤਕਨੋਲੋਜੀ ਨੂੰ ਹੀ ਇੱਕ ਬਹੁਤ ਵੱਡਾ ਸੰਦ ਬਣਾ ਲਿਆ ਦੋਵੇਂ ਪੰਜਾਬਾਂ ਨੂੰ ਤੇ ਦੁਨੀਆ ਭਰ ਵਿੱਚ ਬੈਠੇ ਪੰਜਾਬੀਆਂ ਨੂੰ ਇਕੱਠੇ ਕਰਨ ਦਾ, ਤਾਂ ਕਿ ਅਸੀਂ ਇਸ ਨੂੰ ਸ਼ੁਭ ਸ਼ਗਨ ਮੰਨੀਏ ਕਿ ਜੇ ਅਸੀਂ ਆਈ ਤੇ ਆ ਜਾਈਏ, ਅਸੀਂ ਪੰਜਾਬੀ ਖਾਸ ਤੌਰ ਤੇ, ਤਾਂ ਅਸੀਂ ਕੁਝ ਵੀ ਕਰ ਸਕਦੇ ਹਾਂ। ਹਾਂਜੀ ਬਿਲਕੁਲ, ਇੰਨੀ ਟੈਕਨੋਲੋਜੀ ਨੇ ਤੇ ਜਿਹੜਾ ਵੀ ਉਹ ਬਾਰਡਰਸ ਬਿਲਕੁਲ ਖਤਮ ਕਰ ਦਿੱਤੇ ਨੇ। ਹੁਣ ਤੇ ਕੋਈ ਉਹਦੇ ਵਿੱਚ ਦੇਖੋ, ਹੁਣ ਤੁਸੀਂ ਕਿੱਥੇ ਬੈਠੇ ਹੋ ਤੇ ਮੈਂ ਲੈਲਪੁਰ ਬੈਠੀ ਹਾਂ ਤੇ ਅਸੀਂ ਜਿਹੜਾ ਗੱਲ ਕਰ ਰਹੇ ਹਾਂ। ਸੋ ਕੋਈ ਜਿਹੜੀਆਂ ਉਹ ਬਾਰਡਰ ਜਿਹੜੇ ਬਣਾਏ, ਫਿਜ਼ੀਕਲ ਬਾਰਡਰ ਜਿਹੜੇ ਸਨ ਨਾ, ਉਹਨਾਂ ਨੂੰ ਟੈਕਨੋਲੋਜੀ ਨੇ ਖਤਮ ਕਰਕੇ ਤੇ ਸਾਡੇ ਵਾਸਤੇ ਰਾਹ ਖੋਲ ਦਿੱਤੇ ਨੇ। ਮੈਂ ਤੇ ਕਹਿੰਦੀ ਹਾਂ ਕਿ ਇਹ ਜਿਹਨੂੰ ਕਹਿੰਦੇ ਨਾ ਬਲੈਸਿੰਗ ਇਨ ਡਿਸਗਾਈਜ਼ ਵਾਲਾ ਹਿਸਾਬ ਹੋਇਆ ਕੋਵਿਡ ਦੇ ਆਉਣ ਨਾਲ, ਕਿ ਕੋਵਿਡ ਦੇ ਦਿਨਾਂ ਵਿੱਚ ਜਦੋਂ ਲੋਕ ਬਾਹਰ ਨਿਕਲਣਾ ਬੰਦ ਹੋਏ ਤੇ ਉਹਨਾਂ ਨੇ ਟੈਕਨੋਲੋਜੀ ਦੇ ਥਰੂ ਰਾਬਤੇ ਬਣੇ ਤੇ ਪੂਰੀ ਦੁਨੀਆਂ ਦੇ ਨਾਲ ਫਿਰ ਉਹ ਰਾਬਤੇ ਜਿਹੜੇ ਨੇ ਉਹ ਬਣ ਗਏ। ਸੋ ਇਹ ਬੜਾ ਇੱਕ ਪੋਜ਼ਿਟਿਵ ਜਿਹੜਾ ਵੇ ਉਹ ਹੋਇਆ ਵੇ। ਸੋ ਸਾਡੇ ਜਿਹੜਾ ਵਾਹਗਾ ਦੀ ਲੈਂਡ ਸੀ, ਉਹ ਟੈਕਨੋਲੋਜੀ ਨੇ ਉਹਨੂੰ ਖਤਮ ਕਰ, ਵੀਜ਼ੇ ਨਹੀਂ ਸਨ ਲੱਭਦੇ, ਲੋਕ ਆ ਜਾ ਨਹੀਂ ਸਨ ਸਕਦੇ, ਸ਼ਾਮਿਲ ਨਹੀਂ ਸਨ ਹੋ ਸਕਦੇ ਇੱਕ ਦੂਸਰੇ ਦੀਆਂ ਖੁਸ਼ੀਆਂ ਦੇ ਵਿੱਚ ਜਾਂ ਕਿਸੇ ਤਰ੍ਹਾਂ, ਤੇ ਇਸ ਟੈਕਨੋਲੋਜੀ ਨੇ ਸਾਨੂੰ ਇੱਕ ਦੂਸਰੇ ਦੇ ਨਾਲ ਮਿਲਣ ਦਾ, ਰਲਣ ਦਾ ਦੁਬਾਰਾ ਤੋਂ ਇੱਕ ਮੌਕਾ ਜਿਹੜਾ ਵੀ ਉਹ ਦਿੱਤਾ ਵੇ। ਤੇ ਹੁਣ ਅਸੀਂ ਅਕਸਰ ਜਦੋਂ ਕਲੱਬ ਦੇ ਪ੍ਰੋਗਰਾਮ ਕਰਦੇ ਸਾਂ ਤੇ ਡੇਲੀ ਪ੍ਰੋਗਰਾਮ ਹੁੰਦਾ ਸੀ ਸ਼ਾਮ ਨੂੰ, ਜਦੋਂ ਕੋਵਿਡ ਦੀਆਂ ਬਹੁਤ ਜ਼ਿਆਦਾ ਰਿਸਟ੍ਰਿਕਸ਼ਨ ਸਨ, ਬਾਹਰ ਨਿਕਲਣ ਤੇ ਪਾਬੰਦੀ ਸੀ, ਤੇ ਉਹ ਬਿਲਕੁਲ ਇੰਜ ਹੀ ਲੱਗਦਾ ਸੀ ਜਿਵੇਂ ਇੱਕ ਫੈਮਿਲੀ ਬਣ ਗਈ ਹੈ, ਕਿ ਰਾਤ ਨੂੰ ਜਦੋਂ ਉਹ ਲੋਕ ਸਾਰੇ ਆਉਂਦੇ ਸਨ ਪ੍ਰੋਗਰਾਮ ਦੇ ਨਾਲ, ਥੱਲੇ ਕਮੈਂਟ ਕਰ ਰਹੇ ਹੁੰਦੇ ਸਨ, ਇੱਕ ਦੂਸਰੇ ਦੀ ਗੱਲ ਦਾ ਜਵਾਬ ਦੇ ਰਹੇ ਹੁੰਦੇ ਸਨ, ਹਾਲ ਚਾਲ ਪੁੱਛ ਰਹੇ ਹੁੰਦੇ ਸਨ, ਤੇ ਉਹ ਬਿਲਕੁਲ ਇਸ ਤਰ੍ਹਾਂ ਹੀ ਲੱਗਦਾ ਸੀ ਕਿ ਜਿਵੇਂ ਇੱਕ ਫੈਮਿਲੀ ਹੈ, ਤੇ ਜਿਸ ਦਿਨ ਪ੍ਰੋਗਰਾਮ ਨਾ ਹੋਏ ਬਕਾਇਦਾ ਇੱਕ ਦੂਜੇ ਨੂੰ ਫੋਨ ਜਾਂ ਮੈਸੇਜ ਕਰਕੇ ਪੁੱਛੀਦਾ ਸੀ ਕਿ ਬਈ ਤੁਸੀਂ ਠੀਕ ਹੋ, ਅੱਜ ਪ੍ਰੋਗਰਾਮ ਨਹੀਂ ਹੋਇਆ ਤੇ ਕਿਉਂ ਨਹੀਂ ਹੋਇਆ, ਅਸੀਂ ਮਿਸ ਕਰ ਰਹੇ ਹਾਂ ਜਾਂ ਇਸ ਤਰ੍ਹਾਂ, ਤੇ ਉਹ ਜਿਹੜਾ ਵੀ ਇਸ ਟੈਕਨੋਲੋਜੀ ਨੇ ਸਾਨੂੰ ਦੁਬਾਰਾ ਤੋਂ ਜੋੜ ਦਿੱਤਾ। ਹਾਂਜੀ, ਅਸੀਂ ਦੋਵੇਂ ਪੰਜਾਬ ਇੱਕ ਦੂਜੇ ਦਾ ਹਿੱਸਾ ਆ, ਇੱਕ ਦੂਜੇ ਨੂੰ ਮੋਹ ਮੁਹੱਬਤ ਕਰਦੇ ਹਾਂ, ਤੇ ਓਲਾ ਤੁਹਾਡੇ ਨਾਲ ਅੱਜ ਗੱਲਬਾਤ ਕਰਕੇ ਕਿੰਨੀਆਂ ਹੀ ਪਰਤਾਂ ਖੁੱਲੀਆਂ ਨੇ ਕਿ ਕਿਹੜੇ ਕਿਹੜੇ ਪੱਧਰ ਤੇ ਕੰਮ ਕੀਤਾ ਜਾ ਸਕਦਾ ਜ਼ੁਬਾਨ ਲਈ ਜਾਂ ਆਪਣੀ ਹੋਣੀ ਲਈ, ਆਪਣੇ ਜੀਣ ਥੀਣ ਲਈ, ਪੰਜਾਬੀ ਜ਼ੁਬਾਨ ਨੂੰ ਜਿਉਂਦਿਆਂ ਰੱਖਣ ਲਈ, ਪੰਜਾਬੀ ਜ਼ੁਬਾਨ ਦੀ ਜਿਹੜੀ ਦੇ ਵਿੱਚ ਜਿਹੜਾ ਮੋਹ ਪਿਆਰ ਪਿਆ ਉਹਨੂੰ ਹੋਰ ਅੱਗੇ ਅੱਗੇ ਅਗਲੀਆਂ ਪੀੜ੍ਹੀਆਂ ਤੱਕ ਪਹੁੰਚਾਉਣ ਲਈ, ਤੇ ਤੁਸੀਂ ਦੋਵੇਂ ਜਣੇ ਬਹੁਤ ਵੱਡਾ ਕੰਮ ਕਰ ਰਹੇ ਹੋ, ਤੇ ਮੇਰੇ ਮੈਂ ਅੱਜ ਆਪਣੇ ਆਪ ਤੇ ਮਾਂ ਬੋਲੀ ਦੀ ਬਖਸ਼ਿਸ਼ ਹੋਈ ਸਮਝ ਰਹੀ ਹਾਂ, ਤੇ ਫਿਰ ਮੈਂ ਆਪਣੇ ਆਪ ਨੂੰ ਕਦੇ ਮੈਂ ਸਪੀਚਲੈਸ ਹੋਇਆ ਮਹਿਸੂਸ ਕਰਦੀ ਹਾਂ ਕਿ ਤੁਹਾਡੇ ਨਾਲ ਗੱਲਬਾਤ ਕਰਕੇ ਮੈਨੂੰ ਕਿੰਨਾ ਹੀ ਕੁਝ ਪਤਾ ਲੱਗਿਆ, ਸਾਡੇ ਟੀਵੀ ਪੰਜਾਬ ਦੇਖਣ ਵਾਲਿਆਂ ਨੂੰ, ਸਾਡੇ ਟੀਵੀ ਪੰਜਾਬ ਦੇ ਦਰਸ਼ਕਾਂ ਨੂੰ ਬੜਾ ਕੁਝ ਪਤਾ ਲੱਗਾ ਕਿ ਕਿਸ ਤਰ੍ਹਾਂ ਅਸੀਂ ਟੈਕਨੋਲੋਜੀ ਨੂੰ ਵਰਤ ਕੇ ਅਸੀਂ ਕਿੱਥੇ ਤੱਕ ਆਪਣੀ ਭਾਸ਼ਾ, ਆਪਣੀ ਮਾਂ ਬੋਲੀ, ਆਪਣੇ ਜੀਣ ਥੀਣ, ਆਪਣੀ ਹੋਂਦ ਨੂੰ ਲੈ ਕੇ ਕਿੰਨਾ ਕੰਮ ਕਰ ਸਕਦੇ ਹਾਂ, ਤੇ ਖਾਸ ਤੌਰ ਤੇ ਜਿਹੜੀ ਤੁਸੀਂ ਇਤਿਹਾਸਕਾਰੀ ਕਰ ਰਹੇ ਹੋ, ਤਾਰੀਖ ਨੂੰ ਸੰਭਾਲ ਰਹੇ ਹੋ, ਤੇ ਜਿੰਨਾਂ ਲੋਕਾਂ ਦੀ ਤੁਸੀਂ ਤਾਰੀਖ ਸੰਭਾਲਣ ਦੀ ਗੱਲ ਕੀਤੀ ਹੈ ਕਿ ਅਸੀਂ ਉਹਨਾਂ ਲੋਕਾਂ ਦੀ ਗੱਲ ਕਰ ਰਹੇ ਹਾਂ ਜਿਹੜੇ ਹਾਸ਼ੀਏ ਤੇ ਧੱਕੇ ਹੋਏ ਨੇ, ਜਿਸ ਤਰ੍ਹਾਂ ਤੁਸੀਂ ਨੈਣ ਸੁਖੋਰਾਂ ਦੀ ਗੱਲ ਕੀਤੀ ਹੈ ਕਿ ਉਹ ਕਿਹਨਾਂ ਦੀ ਗੱਲ ਕਰਦੇ ਨੇ, ਖਾਸ ਤੌਰ ਤੇ ਬਿਲਕੁਲ ਹਾਸ਼ੀਆਗਤ ਮੁਸੱਲੀ ਜਿਹੜੇ ਲੋਕ ਸਨ,
ਤੇ ਇਦਾਂ ਜਿਹੜੇ ਅਣਗੌਲੇ ਯੋਧੇ ਸਾਡੇ ਜਿਨ੍ਹਾਂ ਦਾ ਤਾਰੀਖ ਵਿੱਚ ਕਿਤੇ ਜ਼ਿਕਰ ਨਹੀਂ ਆਉਂਦਾ, ਤੁਸੀਂ ਉਹਨਾਂ ਦੀ ਗੱਲ ਉਹਨਾਂ ਹੀ ਲੋਕਾਂ ਦੀ ਜ਼ੁਬਾਨ ਵਿੱਚ ਕਰ ਰਹੇ ਹੋ, ਇਹ ਬਹੁਤ ਖੂਬਸੂਰਤ ਗੱਲ ਹੈ। ਅਤੇ ਅੱਜ ਅਸੀਂ ਮੈਂ ਤੁਹਾਡੇ ਨਾਲ ਗੱਲਬਾਤ ਕਰ ਰਹੀ ਹਾਂ, ਅਸੀਂ ਇੱਕ ਦੂਜੇ ਦੇ ਰੂਬਰੂ ਹੋਏ ਹਾਂ, ਅਸੀਂ ਤਕਨੋਲੋਜੀ ਦਾ ਵੀ ਧੰਨਵਾਦ ਕਰੀਏ ਅਤੇ ਸ਼ਾਇਦ ਕੋਵਿਡ ਦਾ ਵੀ ਧੰਨਵਾਦ ਕਰੀਏ ਕਿ ਇਸ ਪੱਜ ਤੁਸੀਂ ਆਪਣਾ ਕਾਰਜ ਸ਼ੁਰੂ ਕੀਤਾ ਅਤੇ ਆਪਾਂ ਗੱਲਬਾਤ ਸ਼ੁਰੂ ਕੀਤੀ। ਅਤੇ ਹੋਲਾ ਜੀ ਮਾਂ, ਅਸੀਂ ਤੁਹਾਡੇ ਬਹੁਤ ਧੰਨਵਾਦੀ ਹਾਂ ਟੀਵੀ ਪੰਜਾਬ ਵੱਲੋਂ, ਅਤੇ ਮੇਰਾ ਖਿਆਲ ਹੈ ਸਾਰੇ ਪੰਜਾਬੀਆਂ ਵੱਲੋਂ ਅਸੀਂ ਤੁਹਾਡੇ ਬਹੁਤ ਧੰਨਵਾਦੀ ਹਾਂ ਕਿ ਤੁਸੀਂ ਇਸ ਨੇਕ ਕਾਰਜ ਕਰ ਰਹੇ ਹੋ ਅਤੇ ਇਸ ਨੂੰ ਹੋਰ ਅੱਗੇ ਵਧਾਓਗੇ, ਅਤੇ ਇਨਸ਼ਾਅੱਲਾ ਕਿ ਜਿਹੜੀਆਂ ਮੰਜ਼ਿਲਾਂ 'ਤੇ ਤੁਸੀਂ ਇਸ ਨੂੰ ਜਿਹੜੇ ਮੁਕਾਮ 'ਤੇ ਲੈ ਕੇ ਜਾਣਾ ਚਾਹੁੰਦੇ ਹੋ ਉਸ ਮੁਕਾਮ 'ਤੇ ਤੁਸੀਂ ਪਹੁੰਚੋ। ਤੁਹਾਡਾ ਬਹੁਤ ਸ਼ੁਕਰੀਆ, ਮਿਹਰਬਾਨੀ। ਬਹੁਤ ਸ਼ੁਕਰੀਆ ਜੀ ਬੁਲਾਉਣ ਵਾਸਤੇ, ਬਹੁਤ ਸ਼ੁਕਰੀਆ। ਅੱਜ ਤੁਸੀਂ ਮਾਂ ਬੋਲੀ ਦੇ ਮਾਣ ਪ੍ਰੋਗਰਾਮ ਦੇ ਤਹਿਤ ਪਾਕਿਸਤਾਨ ਵਿਚਲੇ ਜਾਂ ਲਹਿੰਦੇ ਪੰਜਾਬ ਦੇ ਲਾਇਲਪੁਰ ਸ਼ਹਿਰ ਵਿੱਚ ਵੱਸੀ ਜੋੜੀ ਹੋਲਾ ਚੀਮਾ ਅਤੇ ਤੋਹੀਦ ਚੱਠਾ ਵਿੱਚ ਜੋ ਲਾਇਲਪੁਰ ਯੰਗ ਹਿਸਟੋਰੀਅਨਸ ਕਲੱਬ ਚਲਾ ਰਹੇ ਨੇ, ਇੱਕ ਵੱਡਾ ਕਾਰਜ ਕਰ ਰਹੇ ਨੇ ਮਾਂ ਬੋਲੀ ਲਈ ਅਤੇ ਤਾਰੀਖਕਾਰੀ ਲਈ, ਇਤਿਹਾਸ ਸੰਭਾਲ ਰਹੇ ਨੇ। ਆਮ ਲੋਕਾਂ ਦਾ, ਸਧਾਰਨ ਲੋਕਾਂ ਦਾ ਇਤਿਹਾਸ ਕੋਈ ਨਹੀਂ ਸਾਂਭਦਾ, ਅਤੇ ਉਹ ਵੀ ਪੰਜਾਬੀ ਜ਼ੁਬਾਨ ਵਿੱਚ। ਸੋ ਇਹ ਮਾਂ ਬੋਲੀ ਦਾ ਬਹੁਤ ਵੱਡਾ ਮਾਣ ਨੇ। ਤੁਸੀਂ ਇਹਨਾਂ ਨਾਲ ਗੱਲਬਾਤ ਸੁਣੀ, ਅਗਲੇ ਹਫ਼ਤੇ ਤੁਹਾਨੂੰ ਅਸੀਂ ਕਿਸੇ ਹੋਰ ਇਹੋ ਜਿਹੀ ਹਸਤੀ ਨਾਲ ਮਿਲਾਵਾਂਗੇ ਜੋ ਪੰਜਾਬੀ ਜ਼ੁਬਾਨ ਲਈ ਬਹੁਤ ਵਿਲੱਖਣ ਕਾਰਜ ਕਰ ਰਹੇ ਨੇ। ਤੁਸੀਂ ਸਾਡੇ ਇਹ ਪ੍ਰੋਗਰਾਮ ਜ਼ਰੂਰ ਵੇਖੋ, ਸਾਡਾ ਚੈਨਲ ਸਬਸਕ੍ਰਾਈਬ ਕਰੋ ਅਤੇ ਸਾਡੀਆਂ ਵੀਡੀਓਜ਼ ਸ਼ੇਅਰ ਕਰੋ। ਬਹੁਤ ਸ਼ੁਕਰੀਆ ਤੁਹਾਡਾ। ਸਤਿ ਸ਼੍ਰੀ ਅਕਾਲ ਜੀ, ਮੈਂ ਨਿਰਮਲ ਮਾਨ ਉੜਾ ਟੈਕਸ ਸੈਟਲਮੈਂਟ ਤੋਂ। ਇਹ ਤੁਸੀਂ ਵੀਡੀਓ ਦੇਖ ਰਹੇ ਸੀ ਟੀ ਵੀ ਪੰਜਾਬ ਦੇ ਉੱਤੇ। ਇਹੋ ਜਿਹੇ ਹੋਰ ਜਾਣਕਾਰੀ ਭਰਪੂਰ ਵੀਡੀਓ ਦੇਖਣ ਵਾਸਤੇ ਟੀ ਵੀ ਪੰਜਾਬ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਨਾਲ ਹੇਠ ਦਿੱਤੇ ਹੋਏ ਬੈਲ ਆਈਕਨ ਦੇ ਬਟਨ ਦਬਾਓ। ਸਤਿ ਸ਼੍ਰੀ ਅਕਾਲ।